ਪ੍ਰਾਈਮ ਏਸ਼ੀਆ ਟੀ ਵੀ ਵੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਾਜ਼ਰੀਨ, ਪੰਜਾਬ ਚਾਹੇ ਲਹਿੰਦੇ ਪਾਸੇ ਵਾਲਾ ਹੋਵੇ, ਚਾਹੇ ਚੜ੍ਹਦੇ ਪਾਸੇ ਵਾਲਾ ਹੋਵੇ, ਲੇਕਿਨ ਜਿਹੜੇ ਕਲਾਕਾਰ, ਜਿਹੜੇ ਫਨਕਾਰ ਲੋਕ ਹੁੰਦੇ ਨੇ ਨਾ, ਉਹ ਸਾਰਿਆਂ ਦੇ ਸਰਬ ਸਾਂਝੇ ਹੁੰਦੇ ਨੇ। ਔਰ ਅੱਜ ਖਾਸ ਤੌਰ ਉੱਪਰ ਜਿਹੜੀ ਸ਼ਖਸੀਅਤ ਸਾਡੇ ਕੋਲ ਆਈ ਹੋਈ ਹੈ, ਅਤੇ ਮੈਂ ਕੋਈ ਮੁੱਢਲੀ ਭੂਮਿਕਾ ਨਹੀਂ ਬੰਨੀ, ਮੈਂ ਸਿਰਫ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਇਹਨਾਂ ਦੋਨਾਂ ਪੰਜਾਬਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਬਹੁਤ ਹੀ ਪਿਆਰੇ, ਸਤਿਕਾਰੇ, ਬਹੁਤ ਵੱਡੇ ਮਕਬੂਲ ਲੋਕ ਗਾਇਕ ਸ਼ੌਕਤ ਅਲੀ ਸਾਹਿਬ, ਜਿਨ੍ਹਾਂ ਨੂੰ ਅਸੀਂ ਬਹੁਤ ਮੁਹੱਬਤ ਕਰਦੇ ਹਾਂ। ਤਕਰੀਬਨ 4-5 ਦਹਾਕਿਆਂ ਤੋਂ ਉਹ ਗਾ ਰਹੇ ਨੇ, ਔਰ ਮੈਂ ਖੁਦ ਉਹਨਾਂ ਨੂੰ ਸੁਣ ਸੁਣ ਕੇ ਵੱਡਾ ਹੋਇਆ। ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਐਸੀ ਕਸ਼ਿਸ਼, ਇੱਕ ਐਸੀ ਖਿੱਚ ਹੈ ਕਿ ਜਿੱਥੇ ਵੀ ਕਿਤੇ ਉਹਨਾਂ ਦਾ ਗੀਤ ਵੱਜਦਾ ਪਿਆ ਹੋਵੇ, ਮੱਲੋ ਮੱਲੀ ਜਿਹੜੇ ਕਦਮ ਹੈ ਉੱਧਰ ਨੂੰ ਤੁਰ ਪੈਂਦੇ ਨੇ। ਔਰ ਉਹ ਪੰਜਾਬ ਨੂੰ ਬੜੇ ਸੱਚੇ ਦਿਲੋਂ ਮੁਹੱਬਤ ਕਰਦੇ ਨੇ। ਪੰਜਾਬ ਦੀ ਆਤਮਾ ਜਿਹੜੀ ਹੈ ਜੀ, ਉਹਨਾਂ ਦੀ ਆਤਮਾ ਦੇ ਨਾਲ ਮਿਲੀ ਹੋਈ, ਉਹਨਾਂ ਦੇ ਰਗੋ ਰੇਸ਼ੇ ਵਿੱਚ ਵਸੀ ਹੋਈ ਹੈ। ਆਮ ਤੌਰ 'ਤੇ ਉਹ ਵੀ ਕਹਿੰਦੇ ਹੁੰਦੇ ਨੇ ਕਿ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ, ਤਾਂ ਮੈਂ ਕੋਈ ਜੰਨਤ, ਕਿਸੇ ਸਵਰਗ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਸਗੋਂ ਤੋਂ ਮੈਂ ਖੁਦਾ ਨੂੰ, ਰੱਬ ਨੂੰ ਇਹ ਕਹਿੰਦਾ ਕਿ ਕੋਈ ਸੁਰਖ ਗੁਲਾਬ ਹੋਵੇ, ਰੱਬਾ ਤੇਰੇ ਕੋਲ ਆਵਾਂ ਅਤੇ ਉੱਥੇ ਵੀ ਇੱਕ ਵੱਸਦਾ ਪੰਜਾਬ ਹੋਵੇ। ਸੋ ਅੱਜ ਉਸ ਮਹਾਨ ਸ਼ਖਸੀਅਤ ਜਿਹੜੀ ਹੈਗੀ ਹੈ ਜੀ, ਉਸ ਮਹਾਨ ਸ਼ਖਸੀਅਤ ਦੇ ਸਾਹਿਬਜ਼ਾਦੇ, ਉਹਨਾਂ ਦੇ ਸਪੁੱਤਰ, ਉਹਨਾਂ ਦੇ ਫਰਜ਼ੰਦ ਮੋਹਸਿਨ ਸ਼ੌਕਤ ਅਲੀ ਸਾਹਿਬ, ਉਹ ਸਾਡੇ ਕੋਲ ਪ੍ਰਾਈਮ ਏਸ਼ੀਆ ਦੇ ਵਿਹੜੇ ਵਿੱਚ ਪਹੁੰਚੇ ਹੋਏ ਨੇ। ਔਰ ਉਹ ਵੀ ਇੱਕ, ਜਿਹਨੂੰ ਕਹਿੰਦੇ ਨਾ ਕਿ ਵੀ ਇੱਕ ਨਿੱਘੀ ਹਵਾ ਦਾ, ਤਾਜ਼ੀ ਹਵਾ ਦਾ ਬੁੱਲਾ ਹੈ, ਔਰ ਜਦੋਂ ਉਹ ਗਾਉਂਦੇ ਨੇ ਤਾਂ ਜਿਹੜੀ ਖਲੋਤੀ ਪੌਣ ਹੈ ਉਹ ਵੀ ਰੁਮਕਣ ਲੱਗ ਪੈਂਦੀ ਹੈ। ਉਹਨਾਂ ਦੀ ਆਵਾਜ਼ ਜਿਹੜੀ ਮਖਮਲੀ ਸੁਰੀਲੀ ਆਵਾਜ਼ ਹੈ, ਕੰਨਾਂ ਦੇ ਵਿੱਚ ਰਸ ਘੋਲਦੀ ਜਾਂਦੀ ਹੈ। ਔਰ ਉਹ ਵੀ ਪੰਜਾਬ ਲਹਿੰਦੇ ਚੜ੍ਹਦੇ ਪਾਸੇ ਵਾਲੇ ਬਹੁਤ ਪਿਆਰ ਨਾਲ ਸੁਣੇ ਜਾਂਦੇ ਨੇ, ਸਤਿਕਾਰੇ ਜਾਂਦੇ। ਔਰ ਖਾਸ ਤੌਰ 'ਤੇ ਜਿਹੜੇ ਸਾਡੇ ਪ੍ਰਵਾਸੀ ਵੀਰ ਨੇ, ਉਹ ਵੀ ਉਹਨਾਂ ਨੂੰ ਓਨੇ ਹੀ ਉਮਾ, ਉਤਸ਼ਾਹ ਅਤੇ ਜੋਸ਼ ਦੇ ਨਾਲ ਸੁਣਦੇ ਨੇ। ਸੋ ਅੱਜ ਕੱਲ੍ਹ ਉਹ ਨੌਰਥ ਅਮੈਰੀਕਾ, ਕੈਨੇਡਾ ਦੇ ਵਿੱਚ ਆਏ ਹੋਏ ਨੇ, ਅਤੇ ਮੈਂ ਤਕਰੀਬਨ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਉਹਨਾਂ ਨੂੰ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਦੇ ਰੂਬਰੂ ਕਰੀਏ, ਅਤੇ ਅੱਜ ਮੌਕਾ ਬਣ ਗਿਆ। ਸੋ ਅੱਜ ਮੈਂ ਸੱਚਮੁੱਚ, ਜਿਹਨੂੰ ਕਹਿੰਦੇ ਆ ਨਾ ਜੀ ਕਿ ਮੈਂ ਜਜ਼ਬਾਤੀ ਵੀ ਹਾਂ, ਨਰਵਸ ਵੀ ਹਾਂ ਅਤੇ ਐਕਸਾਈਟਡ ਵੀ ਹਾਂ ਉਹਨਾਂ ਨਾਲ ਗੱਲਾਂ ਕਰਨ ਨੂੰ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਵਾਲਿਦ ਸਾਹਿਬ ਬਾਰੇ। ਸੋ ਕਿਉਂ ਨਾ ਮੈਂ ਜ਼ਿਆਦਾ ਸਮਾਂ ਜ਼ਾਇਆ ਨਹੀਂ ਕਰਦਾ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸ਼ੌਕਤ ਭਾਈ ਜਾਨ, ਖੈਰ ਮਦਮ, ਸਵਾਗਤ ਹੈ ਜੀ ਤੁਹਾਡਾ ਤਹਿ ਦਿਲ ਤੋਂ ਜੀ। ਬਿਸਮਿਲ੍ਲਾ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਆਦਾਬ, ਨਮਸਕਾਰ। ਮੈਂ ਸੁਪਨ ਜੀ ਬਹੁਤ ਹੀ ਤੁਹਾਡਾ ਸ਼ੁਕਰਗੁਜ਼ਾਰ ਹਾਂ, ਔਰ ਖਾਸ ਤੌਰ 'ਤੇ ਪ੍ਰਾਈਮ ਏਸ਼ੀਆ ਟੀ ਵੀ ਦਾ। ਇੱਕ ਸ਼ੇਰ ਹੈ ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਕਿ ਖਸ ਖਸ ਜਿੰਨਾ ਕਦਰ ਨਾ ਮੇਰਾ ਸਾਹਿਬ ਨੇ ਵਡਿਆਈਆਂ, ਅਤੇ ਮੈਂ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ। ਇਹ ਮੇਰੀ ਖੁਸ਼ਨਸੀਬੀ ਹੈ ਕਿ ਤੁਸੀਂ ਮੈਨੂੰ ਇੰਨੀ ਇੱਜ਼ਤ ਦਿੱਤੀ, ਬੜੀ ਮੁਹੱਬਤਾਂ ਮਿਲੀਆਂ ਨੇ ਜੀ। ਖਾਸ ਤੌਰ 'ਤੇ ਜਦੋਂ ਪੰਜਾਬੀ ਦੇ ਵਿਹੜੇ ਆਈਦਾ ਤਾਂ ਬਹੁਤ ਚੰਗਾ ਲੱਗਦਾ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਸਭ ਤੋਂ ਅੱਜ ਵੈਸੇ ਨਾ ਉਹ ਜਿਹੜੀ ਸਵਾਲ ਜਵਾਬ ਦੀ ਇੱਕ ਲੜੀ ਹੁੰਦੀ ਨਾ, ਟਿਪੀਕਲ ਇੰਟਰਵਿਊ ਹੁੰਦੀ, ਆਪਾਂ ਖਾਸ ਉਹ ਨਹੀਂ ਕਰਨੀ, ਅੱਜ ਗੱਲਾਂ ਗੀਤ ਹੋਣਗੇ, ਭਰਾਵਾਂ ਵਾਲੀਆਂ ਗੱਲਾਂ। ਔਰ ਮੈਂ ਹੁਣ ਤੁਹਾਡਾ ਰਿਕਾਰਡਿੰਗ ਤੋਂ ਪਹਿਲਾਂ ਤੁਹਾਡੇ ਨਾਲ ਬੈਠਾ, ਔਰ ਇਸ ਤਰ੍ਹਾਂ ਮਹਿਸੂਸ ਹੈ ਕੁਝ ਕੁ ਕਲਾਕਾਰ ਹੁੰਦੇ ਨੇ ਇਹੋ ਜਿਹੇ, ਜਦੋਂ ਮਿਲ ਕੇ ਇੱਦਾਂ ਲੱਗਦਾ ਕਿ ਵਿਛੜੇ ਹੋਏ ਭਰਾ ਮਿਲੇ ਹੋਏ ਨੇ। ਸੋ ਮੈਨੂੰ ਇੱਦਾਂ ਮਹਿਸੂਸ ਹੋਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਹਿਲੀ ਦਫਾ ਮੈਂ ਤੁਹਾਨੂੰ ਮਿਲਿਆ। ਮੇਰਾ ਜਿਹੜਾ ਪਹਿਲਾ ਸਵਾਲ ਆ, ਉਹ ਸਵਾਲ ਇਹ ਆ ਕਿ ਤੁਸੀਂ, ਮੈਂ ਸ਼ੌਕਤ ਅਲੀ ਸਾਹਿਬ ਦਾ ਜ਼ਿਕਰ ਕੀਤਾ ਹੈ, ਤੁਸੀਂ ਉਹਨਾਂ ਦੇ ਸਾਹਿਬਜ਼ਾਦੇ ਹੋ, ਇੱਕ ਐਸੀ ਵੱਡੀ ਪਰਸਨੈਲਿਟੀ ਸਾਰੇ ਸੰਸਾਰ ਦੇ ਵਿੱਚ, ਇੱਕ ਸਟਾਰ, ਔਰ ਤੁਸੀਂ ਉਹਨਾਂ ਦੇ ਸਾਹਿਬਜ਼ਾਦੇ। ਸਭ ਤੋਂ ਪਹਿਲੀ ਗੱਲ, ਵੈਸੇ ਵੱਖਰੀ ਗੱਲ ਹੈ ਕਿ ਤੁਹਾਡਾ ਇੱਕ ਆਪਣਾ ਵੱਖਰਾ ਮੁਕਾਮ ਵੀ ਹੈਗਾ ਹੈ, ਪਰ ਜਿੱਥੋਂ ਕਈ ਵਾਰੀ ਇਹ ਹੁੰਦਾ ਹੈ ਕਿ ਗੱਲ ਤਾਂ ਸ਼ੁਰੂ ਹੋਏਗੀ ਸ਼ੌਕਤ ਅਲੀ ਸਾਹਿਬ ਤੋਂ ਹੀ, ਅਤੇ ਕਈ ਵਾਰੀ ਕਹਿੰਦੇ ਹੁੰਦੇ ਨਾ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇੱਕ ਵੱਡੇ ਬੋਰਡ ਜਾਂ ਪਿੱਪਲ ਥੱਲੇ ਇੱਕ ਜਿਹੜਾ ਵੀ ਹੋਰ ਦਰਖਤ ਜਿਹੜਾ ਉਹ ਨਹੀਂ ਪਲ ਸਕਦਾ। ਮਾਸ਼ਾਅੱਲਾ, ਤੁਸੀਂ ਸਗੋਂ ਇੱਕ ਵੱਖਰਾ ਮੁਕਾਮ ਸਥਾਪਿਤ ਕੀਤਾ, ਤੁਸੀਂ ਵੀ ਇੱਕ ਵੱਡੇ ਦਰਖਤ, ਮਜ਼ਬੂਤ ਤਣੇ ਵਾਲੇ ਬਣੇ ਹੋ, ਪਰ ਕਿਤੇ ਨਾ ਕਿਤੇ ਤੁਹਾਨੂੰ ਜਦੋਂ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਹ ਸਮੁੱਚਾ ਜਿਹੜਾ ਮੇਰਾ ਸਵਾਲ ਇੱਥੇ ਸਮਝ ਹੀ ਗਏ ਹੋਗੇ, ਕਿਵੇਂ ਮਹਿਸੂਸ ਕਰਦੇ? ਸੁਭਨ ਭਾਈ, ਸਭ ਤੋਂ ਪਹਿਲੀ ਤਾਂ ਬੜਾ ਮੁਸ਼ਕਿਲ ਵੀ ਹੁੰਦਾ ਕਿਸੇ ਨਾਮਵਰ ਸ਼ਖਸੀਅਤ ਦੇ ਘਰ 'ਚ ਪੈਦਾ ਹੋਣਾ, ਕਿਉਂਕਿ ਤੁਹਾਡੇ 'ਤੇ ਹਰ ਲਮ੍ਹੇ ਇੱਕ ਕੰਪੈਰੀਜ਼ਨ ਦਾ ਵੀ ਇੱਕ ਸਿਲਸਿਲਾ ਹੁੰਦਾ, ਔਰ ਲੋਕ ਤੁਹਾਡੇ ਕੋਲੋਂ ਐਕਸਪੈਕਟ ਕਰਦੇ ਨੇ ਕਿ, ਕਿਉਂਕਿ ਬੀਇੰਗ ਇਨ ਅ ਸਨ ਆਫ ਸ਼ੌਕਤ ਅਲੀ, ਹੀ ਇਜ਼ ਅ ਸੇਮ ਲਾਈਕ, ਜਿਸ ਤਰ੍ਹਾਂ ਸੇਮ ਤੁਹਾਡੇ ਜੀ ਫੈਮਿਲੀ ਦਾ ਹੈ। ਸਭ ਤੋਂ ਪਹਿਲੇ ਮੈਂ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਦੱਸਾਂਗਾ ਕਿ ਇਸ ਪ੍ਰੋਗਰਾਮ 'ਚ ਆਉਣ ਦੀ ਮੈਨੂੰ ਇੰਨੀ ਕੁ ਖੁਸ਼ੀ ਹੈ ਕਿ ਰਾਤ ਮੈਂ 4 ਵਜੇ ਸੁੱਤਾ, ਤੁਹਾਡੇ ਸਾਰੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਲਿੰਕਸ ਹਨ ਉਹ ਦੇਖ ਕੇ, ਕਿ ਇਸ ਮੁਲਕ ਦੇ ਵਿੱਚ ਬਹੁਤ ਘੱਟ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਆਰਟ ਦੇ ਹਵਾਲੇ ਨਾਲ, ਜਿਹੜਾ ਕਮਰਸ਼ਲ ਦੇ ਨਾਲ ਨਾਲ ਓਰੀਜਨਲ
ਖਿਦਮਤ ਕਰ ਰਿਹਾ ਜਿਹੜੀ ਤੁਸੀਂ ਕਰ ਰਹੇ ਹੋ। ਸ਼ੁਕਰੀਆ ਜੀ। ਜਿੱਥੇ ਤੱਕ ਡੈਡੀ ਦਾ ਰਿਹਾ, ਇੱਕ ਬਹੁਤ ਹੀ ਵੱਡਾ ਇੱਕ ਦਰਖਤ ਨੇ, ਜਿੰਨੇ ਵੀ ਸਾਡੇ ਲੈਜੈਂਡਸ ਨੇ, ਚਾਹੇ ਉਹ ਲੈਂਦੇ ਪੰਜਾਬ ਦੇ ਨੇ ਜਾਂ ਛੱਡਦੇ ਪੰਜਾਬ ਦੇ ਨੇ। ਬਚਪਨ ਤੋਂ ਹੀ ਦੇਖਿਆ, ਮੇਰੀ ਇਬਤਦਾਈ ਤਾਲੀਮ ਕੈਥੇਡਰਲ ਸਕੂਲ ਤੋਂ ਹੋਈ, ਮੈਂ ਕੈਥਲਿਕ ਸਕੂਲ 'ਚ ਪੜ੍ਹਿਆ, ਉਦੋਂ ਹੀ ਮਿੰਨੀ ਸੈਲੈਬ੍ਰਿਟੀਜ਼ ਦਾ ਇੱਕ ਸਿਲਸਿਲਾ ਸੀ। ਵਾਲਿਦ ਸਾਹਿਬ ਦਾ ਮੇਰੇ ਖੂਨ 'ਚ ਨੇ, ਸ਼ਾਇਰ ਨੇ, ਸਿੰਗਰ ਨੇ, ਕੰਪੋਜ਼ਰ ਨੇ, ਰਾਈਟਰ ਨੇ। ਲੇਕਿਨ ਇਹ ਹੋਇਆ ਕਿ ਜਦੋਂ ਵੀ ਉਹਨਾਂ ਕੋਲ ਬੈਠਿਆ, ਬਹੁਤ ਜ਼ਿਆਦਾ ਬੈਠਣ ਦਾ ਇਤਫਾਕ ਹੋਇਆ, ਅਤੇ ਉਹਨਾਂ ਨੇ ਸੁਰ ਵੱਲੋਂ ਕਦੀ ਵੀ ਕਮੀ ਨਹੀਂ ਵਰਤੀ ਜੀ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਪੁੱਤਰ ਜੇ ਚੰਗੇ ਹੋਵੋਗੇ ਤਾਂ ਮੇਰੀ ਇੱਜ਼ਤ ਹੋਏਗੀ, ਨਹੀਂ ਤਾਂ ਨਾ ਕਰੋ ਕੰਮ ਨੂੰ। ਔਰ ਮੈਂ ਹਾਲੇ ਵੀ ਸਮਝਣਾ ਕਿ ਮੈਨੂੰ ਕੁਝ ਨਹੀਂ ਆਉਂਦਾ, ਇਹ ਸਭ ਉਹਨਾਂ ਦੀ ਦੁਆਵਾਂ ਦਾ ਸਦਕਾ ਹੈ, ਔਰ ਉਹਨਾਂ ਸੀਨੀਅਰਸ ਦਾ ਅਸਾਜ਼ਾ ਦਾ ਹੈ ਜਿਨ੍ਹਾਂ ਨੂੰ ਮੈਂ ਦੇਖਣਾ ਵਾਂ। ਸੁਰ ਜਿਹੜਾ ਹੈ ਉਹ ਇੱਕ ਐਸੀ ਖੂਬਸੂਰਤ ਚੀਜ਼ ਹੈ ਕਿ ਜਿਹੜੀ ਕਿਸੇ ਸਰਹੱਦ ਦੀ ਮੁਹਤਾਜ ਨਹੀਂ ਹੈ। ਵਾਲਿਦ ਸਾਹਿਬ ਦਾ ਰਿਆਜ਼ ਦਾ ਇਹ ਤਰੀਕਾ ਸੀ ਕਿ ਮੈਂ ਸਕੂਲ ਤੋਂ ਆਉਂਦਾ ਸਾਂ ਕੈਥੇਡ੍ਰਲ ਤੋਂ, ਅਤੇ ਉਹ ਬਿਠਾ ਦਿੰਦੇ ਸਨ ਦੋ ਦੋ ਘੰਟੇ, ਤਿੰਨ ਤਿੰਨ ਘੰਟੇ ਵੀ ਪੜ੍ਹਨਾ। ਸਮਟਾਈਮ ਬਚਪਨ ਦਾ ਇਸ ਤਰ੍ਹਾਂ ਰਿਆਜ਼ ਸੀ ਕਿ ਇੱਕ ਮਾਚਸ ਦੀ ਤੀਲੀ ਹੁੰਦੀ ਸੀ, ਉਹ ਤੋੜ ਕੇ ਅਤੇ ਉਹ ਇੱਥੇ ਰੱਖ ਦਿੰਦੇ ਸਨ ਅਤੇ ਕਹਿਣਾ ਕਿ ਆਹ ਕਰਨੀ। ਹੁਣ ਜੇ ਤੁਸੀਂ ਉਹ ਪ੍ਰੋਪਰ ਆਹ ਹੋਣੀ ਹੈ, ਅਗਰ ਉਹ ਤੁਸੀਂ ਮੂੰਹ ਖੋਲ੍ਹਦੇ ਹੋ ਤਾਂ ਤੀਲੀ ਡਿੱਗ ਜਾਏਗੀ, ਅਗਰ ਜ਼ਿਆਦਾ ਬੰਦ ਕਰੋਗੇ ਤਾਂ ਖੂਨੋ ਖੂਨ ਹੋ ਜਾਣਗੇ ਤੁਹਾਡੇ, ਤਾਂ ਕਿ ਤੁਹਾਡਾ ਆਕਾਰ ਠੀਕ ਹੋਵੇ। ਸੋ ਕਾਫੀ ਕਾਫੀ ਦੇਰ, ਕਾਫੀ ਕਾਫੀ ਘੰਟੇ ਉਹਨਾਂ ਨਾਲ ਰਹਿਣਾ। ਸੋ ਮੇਰੀ ਬੜੀ ਖੁਸ਼ਨਸੀਬੀ ਹੈ ਕਿ ਮੈਂ ਚੰਗੇ ਲੋਕਾਂ ਨੂੰ ਦੇਖਿਆ। ਗਾਣਾ ਤਾਂ ਮੈਨੂੰ ਇੰਨਾ ਨਹੀਂ ਆਉਂਦਾ, ਮੇਰੀ ਸੋਭਤ ਬੜੀ ਸੋਹਣੀ ਰਹੀ। ਇਹ ਤਾਂ ਤੁਹਾਡਾ ਵੱਡਾ ਪਾਣ ਆ, ਲੇਕਿਨ ਮੈਂ ਇਹ ਤਾਂ ਜਿਹੜਾ ਸੁਣਨ ਵਾਲਾ ਉਹ ਦੱਸ ਸਕਦਾ ਨਾ ਕਿ ਤੁਹਾਨੂੰ ਕਿੰਨਾ ਕੁ ਸੁਰੀਲਾ ਗਾਉਣਾ ਆਉਂਦਾ। ਅੱਛਾ, ਮੈਂ ਇੱਥੇ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਵੱਡੇ ਆਰਟਿਸਟ ਹੁੰਦੇ ਨੇ ਔਰ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਗਾ, ਕਈ ਵਾਰੀ ਤਾਂ ਇਹ ਹੁੰਦਾ ਹੈ ਕਿ ਇੱਕ ਬਾਪ ਵਿੱਚ ਉਹਨਾਂ ਦਾ ਕਿ ਜਿਹੜੇ ਨਕਸ਼ੇ ਕਦਮਾਂ ਦੇ ਉੱਪਰ ਮੇਰੇ ਜਿਹੜੇ ਬੱਚੇ ਉਹ ਵੀ ਤੁਰਨ, ਅਤੇ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਜੋ ਕੰਮ ਬਾਪ ਕਰ ਰਿਹਾ ਹੈ ਅਤੇ ਉਹ ਕੰਮ ਬੇਟਾ ਵੀ ਕਰੇ। ਲੇਕਿਨ ਮੈਂ ਇੱਕ ਵਾਰੀ ਮਾਸਟਰ ਸਲੀਮ ਹੁਣੀ ਦੱਸ ਰਹੇ ਸੀ ਕਿ ਜਦੋਂ ਉਹਨਾਂ ਦੇ ਪਿਤਾ ਜੀ ਗਾਉਂਦੇ ਹੁੰਦੇ ਸੀ ਕਿ ਤਾਂ ਉਹ ਜਾ ਕੇ ਬੈਠ ਜਾਂਦੇ ਸੀ ਅਤੇ ਉਹਨਾਂ ਨੂੰ ਸੁਣਦੇ ਸੀ, ਅਤੇ ਉਹਨਾਂ ਨੇ ਵੀ ਪ੍ਰੇਰਿਆ ਨਹੀਂ, ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਨੇ ਵੀ ਬਚਪਨ ਤੋਂ ਆਪਣੇ ਆਪ ਹੀ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਜਦੋਂ ਬਾਪ ਦੇਖਦਾ ਹੈ ਕਿ ਮੇਰਾ ਬੱਚਾ ਗਾ ਰਿਹਾ ਤਾਂ ਫਿਰ ਉਂਗਲੀ ਫੜ ਕੇ ਉਹਨੂੰ ਸਿਖਾਉਂਦਾ ਹੈ। ਸੋ ਤੁਸੀਂ ਵੀ ਦਿਲਚਸਪੀ ਸੀ ਕਿ ਤੁਹਾਨੂੰ ਧੱਕੇ ਨਾਲ ਲਗਾਇਆ ਗਿਆ ਜਾਂ ਮਤਲਬ ਕੀ ਸੀ ਮਾਹੌਲ ਕਰਦਾ? ਇਹ ਸੱਚ ਸਿੰਧੂ ਬਈ, ਜਾਂ ਤਾਂ ਹੁੰਦਾ ਜਾਂ ਨਹੀਂ ਹੁੰਦਾ, ਇਹਦੇ 'ਚ ਨੂਰਾ ਕੁਸ਼ਤੀ ਨਹੀਂ ਹੈ। ਇਹ ਵਾਹਿਦ ਦੁਨੀਆ ਦਾ ਕੰਮ ਹੈ ਜਾਂ ਹੈ, ਤੁਸੀਂ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਲੇਕਿਨ ਅੱਲਾ ਤਾਲਾ ਬਣਾ ਕੇ ਭੇਜਦਾ ਸ਼ਾਇਰ, ਅੱਲਾ ਤਾਲਾ ਬਣਾ ਕੇ ਅਦੀਬ ਭੇਜਦਾ, ਅੱਲਾ ਤਾਲਾ ਬਣਾ ਕੇ ਸਿੰਗਰ ਭੇਜਦਾ। ਵੋਕਲ ਕੁਆਲਿਟੀ ਜਿਹੜੀ ਇਹ ਪਰਵਰਦਿਗਾਰ ਦੀ। ਮੇਰਾ ਖੁਸ਼ਨਸੀਬੀ, ਮੈਨੂੰ ਬਚਪਨ ਤੋਂ ਅਗਰ ਤੁਸੀਂ ਇਹ ਕਹੋ ਕਿ ਗਾਣੇ ਦੇ ਇਲਾਵਾ ਕੀ ਕਰ ਸਕਦਾ, ਤਾਂ ਮੈਨੂੰ ਲੱਗਦਾ ਮੈਂ ਦੁਨੀਆ 'ਚ ਕੁਛ ਨਹੀਂ ਕਰ ਸਕਦਾ ਸਿਵਾਏ ਇਹਦੇ। ਠੀਕ ਹੈ। ਬਚਪਨ ਤੋਂ ਸ਼ੌਕ ਤਾਂ ਸੀ, ਕਿਉਂਕਿ ਡੈਡੀ ਦਾ ਅਲਹਮਦੁਲਿਲਾ ਇੱਕ ਨਾਮ ਸੀ, ਫਿਰ ਉਹਨਾਂ ਦੀ ਸ਼ਖਸੀਅਤ 'ਚ ਬਹੁਤ ਹੀ ਅੱਜ ਹੀ ਜਿਹੜੇ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਨੇ ਉਹ ਦੇਖਦੇ ਨੇ, ਉਹਨਾਂ ਨੂੰ ਪਤਾ। ਸੋ ਬਚਪਨ 'ਚ ਮੈਂ ਵੀ ਜਿਸ ਤਰ੍ਹਾਂ ਸਲੀਮ ਭਾਜਨ ਨੇ ਕਿਹਾ ਕਿ ਅੱਬੂ ਦੇ ਨਾਲ ਬਹੁਤ ਜ਼ਿਆਦਾ ਪ੍ਰੋਗਰਾਮਸ ਕੀਤੇ, ਮੈਂ ਬਚਪਨ ਤੋਂ ਟਰੈਵਲਿੰਗ ਕੀਤੀ। ਫਿਰ ਮੈਂ 99 'ਚ ਅਮੈਰੀਕਾ, ਫਸਟ ਟਾਈਮ ਆਈ ਕੇਮ ਇਨ ਅਮੈਰੀਕਾ ਜੀ। 2000 ਦਾ ਮਿਲੀਨੀਅਮ ਇੱਥੇ ਸੀ ਉਹਨਾਂ ਦੇ ਸ਼ੋਜ਼ ਦੇ ਵਿੱਚ ਉਹਨਾਂ ਦੇ ਨਾਲ। ਠੀਕ ਹੈ। ਫਿਰ ਉਹ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਰਾਹਤ ਫਤਿਹ ਅਲੀ ਖਾਨ ਸਾਹਿਬ, ਨੁਸਰਤ ਖਾਨ ਸਾਹਿਬ ਦੇ ਨਾਲ ਹੁੰਦੇ ਸਨ, ਮਾਸਟਰ ਸਲੀਮ ਸਾਹਿਬ ਨੇ ਕਿਹਾ ਜੀ। ਸੋ ਇੱਕ ਉਹ ਸੀ, ਫਿਰ ਤਰਜ਼ਾਂ ਬਣਨੀਆਂ ਅਤੇ ਉਹਨਾਂ ਨੇ ਸਾਨੂੰ, ਅਸੀਂ ਮਾਸ਼ਾਅੱਲਾ ਤਿੰਨ ਭਾਈਆਂ ਜੀ, ਅਤੇ ਮਾਸ਼ਾਅੱਲਾ ਦੋਨੋਂ ਮੇਰੇ ਤੋਂ ਜ਼ਿਆਦਾ ਅੱਛਾ ਗਾਉਂਦੇ ਨੇ, ਅਲੀ ਇਮਰਾਨ ਸ਼ੌਕਤ ਸਾਹਿਬ ਨੇ ਵੱਡੇ ਭਾਈ ਜੀ, ਔਰ ਮੇਰੇ ਤੋਂ ਛੋਟਾ ਅਮੀਰ ਸ਼ੌਕਤ ਅਲੀ ਇਜ਼ ਅ ਵੈਰੀ ਗੁੱਡ ਸਿੰਗਰ। ਅਤੇ ਲੇਕਿਨ ਇਹ ਕਿ ਉਹ ਮਾਹੌਲ ਇੱਕ ਫੈਮਲੀ ਦਾ ਅਦਬ ਦੇ ਨਾਲ ਰਿਹਾ, ਘਰ ਦੇ ਵਿੱਚ ਸ਼ਾਇਰਾਂ ਦਾ ਆਉਣਾ ਜਾਣਾ ਸੀ, ਆਰਟਿਸਟਾਂ ਦਾ ਆਉਣਾ ਜਾਣਾ ਸੀ। ਮੈਨੂੰ ਜੁੱਤੀਆਂ ਚੁੱਕਣ ਦਾ ਮੌਕਾ ਮਿਲਿਆ ਮਹਿੰਦੀ ਹਸਨ ਸਾਹਿਬ ਦੀ, ਪਰਵੇਜ਼ ਮਹਿੰਦੀ ਸਾਹਿਬ ਦਾ ਮੈਂ ਦੀਵਾਨਾ ਰਿਹਾ। ਬਚਪਨ 'ਚ ਜਦੋਂ ਕੈਸਟਸ ਦਾ ਜ਼ਮਾਨਾ ਸੀ ਅਤੇ ਡੈਡੀ ਬਾਹਰ ਜਾਂਦੇ ਸਨ, ਅਤੇ ਉਹਨਾਂ ਨੇ ਸੁਰਿੰਦਰ ਕੌਰ ਜੀ ਦੇ ਰਿਕਾਰਡਿੰਗਸ ਲੈ ਕੇ ਆਉਣੀਆਂ, ਆਸਾ ਸਿੰਘ ਮਸਤਾਨਾ ਜੀ ਦੀਆਂ ਹੋਣੀਆਂ, ਜਾਂ ਜਿੰਨੇ ਵੀ ਖੂਬਸੂਰਤ ਜਿਹੜੇ ਪੰਜਾਬ ਦੇ ਵੀ ਗਾਇਕ ਨੇ ਸਾਰੇ, ਉਹਨਾਂ ਨੂੰ ਵੀ ਸੁਣਨ ਦਾ ਮੌਕਾ ਮਿਲਿਆ। ਸੋ ਇੱਕ ਬਹੁਤ ਹੀ ਖੂਬਸੂਰਤ ਸੀ, ਇੰਪ੍ਰੈਸ਼ਨ ਸੀ, ਮਗਰ ਉਹਦੇ 'ਚ ਇਸ ਚੀਜ਼ ਦਾ ਸੀ ਕਿ ਇਹ ਬੜਾ ਔਖਾ ਕੰਮ ਹੈ, ਇਹਦੇ 'ਚ ਜਿਸ ਤਰ੍ਹਾਂ ਵੜਦਾ ਜਾ ਰਿਹਾ ਇਹ ਔਖਾ ਲੱਗਦਾ। ਇੱਕ ਮੈਂ ਹੋਰ ਪੁੱਛਣਾ ਚਾਹੁੰਦਾ, ਬੜੇ ਖੁਸ਼ ਨਸੀਬ ਹੋ, ਤੁਸੀਂ ਜ਼ਿਕਰ ਕੀਤਾ ਮਹਿੰਦੀ ਹਸਨ ਖਾਨ ਸਾਹਿਬ ਦਾ ਔਰ ਦਿਲਦਾਰ ਪਰਵੇਜ਼ ਭੱਟੀ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਔਰ ਮੈਂ ਜਦੋਂ ਰਿਕਾਰਡਿੰਗ ਤੋਂ ਪਹਿਲਾਂ ਵੀ ਤੁਸੀਂ ਮੈਨੂੰ ਇਹ ਗੱਲ ਦੱਸਦੇ ਪਏ ਸੀ, ਉਸ ਵੇਲੇ ਵੀ ਮੈਂ ਹਾਲਾਂਕਿ ਉੱਥੇ ਗਿਆ ਨਹੀਂ, ਲੇਕਿਨ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਉਸ ਕਮਰੇ ਦੇ ਵਿੱਚ, ਔਰ ਜਿਹੜੇ ਇਸ ਰਮਜ਼ ਨੂੰ ਸਮਝਦੇ ਆ ਬਿਲਕੁਲ ਸਮਝ ਗਏ ਹੋਣਗੇ ਕਿ ਵੀ ਸੱਚਮੁੱਚ ਵੀ ਕਿੰਨਾ ਇਤਿਹਾਸ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਸਮਾਈ ਬੈਠੇ ਹੋ।
ਖੁਸ਼ ਨਸੀਬੀ ਹੈ। ਅਸਲ 'ਚ ਅਸੀਂ ਥੋੜ੍ਹਾ ਜਿਹਾ ਓਲਡ ਮੈਮਰੀ ਨੂੰ ਮੈਂ ਪਸੰਦ ਕਰਨਾ ਵਾਂ ਜੀ। ਯਾਦ ਹੈ ਜਦੋਂ ਪੀ ਟੀ ਵੀ ਔਰ ਦੂਰਦਰਸ਼ਨ ਹੀ ਹੁੰਦਾ ਸੀ ਅਤੇ ਜਾਂ ਜਲੰਧਰ ਟੀ ਵੀ 'ਚ ਦੇਖੀਦਾ ਸੀ, ਸੁਬਹਾ ਸੁਬਹਾ ਭੰਗੜਾ ਮੈਂ ਦੱਸ ਰਿਹਾ ਸਾਂ ਤੁਹਾਨੂੰ ਚੱਲਦਾ ਸੀ, ਜਾਂ ਹਮ ਲੋਕ ਟੀ ਵੀ ਡਰਾਮਾ, ਜਾਂ ਜਿਤਨੀਆਂ ਵੀ ਮੈਮੋਰੀ ਸਨ। ਜ਼ਿਆਦਾ ਪੁਰਾਣਾ ਹੋ ਜਾਵਾਂਗਾ ਨਹੀਂ ਤੇ ਨਹੀਂ, ਬਿਲਕੁਲ ਬਹੁਤ ਖੂਬਸੂਰਤ। ਮੈਂ ਮਾਜ਼ਰ ਚਾਹੁੰਦਾ, ਸਾਡੇ ਵੀ ਇੱਧਰ ਇਸੇ ਤਰ੍ਹਾਂ ਸੀ ਜੀ ਜੀ। ਮੇਰਾ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਲ ਹੈ, ਔਰ ਅਸੀਂ ਜਿਹੜਾ ਸਾਡਾ ਐਂਟੀਨਾ ਹਮੇਸ਼ਾ ਪੀ ਟੀ ਵੀ ਵੱਲ ਹੀ ਰਹਿੰਦਾ ਹੁੰਦਾ ਸੀ ਜੀ ਜੀ। ਮੈਂ ਵਿਛੋੜੇ ਦੀ ਇਹ ਗੱਲ ਜੀ, ਇੱਕ ਡੈਡੀ ਦਾ ਕੰਪੋਜੀਸ਼ਨ ਹੈ ਉਹਨਾਂ ਦੀ ਜੀ, ਔਰ ਮੈਂ ਉਹਨਾਂ ਕੋਲੋਂ ਲਿੱਤਾ ਕਿ ਜੀ ਮੈਨੂੰ ਅਤਾ ਕਰੋ। ਬਾਬੂ ਸਿੰਘ ਮਾਨ ਜੀ ਬਹੁਤ ਆਲਾ ਮਹਾਨ ਸ਼ਾਇਰ ਨੇ ਜੀ, ਉਹਨਾਂ ਨੇ ਇੱਕ ਦੁਆ ਲਿਖੀ ਸੀ ਅਤੇ ਉਹਦੇ ਮੈਂ ਦੋਖ ਬੋਲ, ਤੁਹਾਡੀ ਇਜਾਜ਼ਤ ਹੋਵੇ ਅਤੇ ਜੋ ਮੇਰੇ ਦਿਲ ਦੀ ਕੈਫੀਅਤ ਹੈ ਖਾਸ ਤੌਰ 'ਤੇ ਇੱਥੇ ਆ ਕੇ ਔਰ ਤੁਹਾਡੀ ਸੋਬਤ ਦੇ ਵਿੱਚ ਉਹ ਮੈਂ ਪੇਸ਼ ਕਰਨਾ। ਮੈਂ ਵੈਸੇ ਉਹ ਕਹਿੰਦੇ ਤਾਂ ਨਾ ਕਿ ਵੀ ਹੱਥ ਜੋੜ ਕੇ ਮੁਆਫੀ ਵਾਲੀ ਗੱਲ ਹੈ, ਇਹਨੂੰ ਨਾ ਮੈਂ ਥੋੜ੍ਹਾ ਜਿਹਾ ਸੁਣਨਾ ਚਾਹੁੰਦਾ ਕਿਉਂਕਿ ਹੁਣ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਕਿਉਂ ਨਾ ਖੁੱਲ੍ਹੇ ਸਮੇਂ 'ਚ ਸੁਣਿਆ ਜਾਵੇ। ਆਹ ਛੋਟਾ ਜਿਹਾ ਵਕਫਾ ਲੈ ਲਈਏ ਨਾ, ਪੀ ਟੀ ਵੀ ਦੇਖਦੇ ਹੁੰਦੇ ਸੀ ਨਾ, ਉਦੋਂ ਵੀ ਉਹ ਕਹਿੰਦੇ ਹੁੰਦੇ ਸੀ ਕਿ ਵੀ ਮਿਲਤੇ ਹਾਂ ਛੋਟੇ ਜਿਹੇ ਵਕਫੇ ਕੇ ਬਾਅਦ, ਹੈ ਨਾ ਜੀ, ਅਤੇ ਮਿਲਤੇ ਹਾਂ ਜੀ ਛੋਟੇ ਜਿਹੇ ਵਕਫੇ ਕੇ ਬਾਅਦ। ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਪ੍ਰਾਈਮ ਏਸ਼ੀਆ ਟੀ ਵੀ ਜਿਹੜੇ ਵੇਖ ਸੁਣ ਰਹੇ ਨੇ, ਔਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਚੜ੍ਹਦੇ ਔਰ ਲੈਂਦੇ ਪੰਜਾਬ ਦੇ ਬਹੁਤ ਪਿਆਰੇ ਔਰ ਸਤਿਕਾਰੇ ਫਨਕਾਰ ਮੋਹਸਿਨ ਸ਼ੌਕਤ ਅਲੀ ਪਹੁੰਚੇ ਹੋਏ ਨੇ, ਔਰ ਉਹਨਾਂ ਦੇ ਨਾਲ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕਰ ਰਹੇ ਹਾਂ। ਬੜੀਆਂ ਦਿਲਚਸਪ ਗੱਲਾਂ ਹੋ ਰਹੀਆਂ ਨੇ ਉਹਨਾਂ ਦੇ ਫਨ ਬਾਰੇ, ਉਹਨਾਂ ਦੇ ਜੀਵਨ ਬਾਰੇ। ਆਓ ਜੀ ਅਗਲੀ ਗੱਲਬਾਤ ਕਰਦੇ ਹਾਂ। ਮੋਹਸਿਨ ਬਾਈ ਜਾਨ, ਉਹ ਨਾ ਕਹਿੰਦੇ ਸੀ ਨਾ ਜੇ ਮੇਰਾ ਬੱਸ ਚੱਲੇ ਤਾਂ ਮੈਂ ਇੱਕ ਜਿਹੜੇ ਕਮਰਸ਼ੀਅਲ ਬ੍ਰੇਕ ਸ਼ਰੀਕ ਤਾਂ ਮੈਂ ਲਵਾਂ ਹੀ ਨਾ, ਬਿਨਾਂ ਬ੍ਰੇਕਾਂ ਤੋਂ ਹੀ ਚੱਲਾਂ। ਪਰ ਉਹ ਵੀ ਜ਼ਿੰਦਗੀ 'ਚ ਜ਼ਰੂਰੀ ਹੈ, ਜ਼ਰੂਰੀ ਹੈ। ਬ੍ਰੇਕ ਜਿਹੜੀ ਹੈ ਉਹ ਟੀ ਵੀ ਵਾਸਤੇ ਵੀ ਜ਼ਰੂਰੀ ਹੈ ਅਤੇ ਜ਼ਿੰਦਗੀ ਵਾਸਤੇ ਵੀ ਜ਼ਰੂਰੀ ਹੈ ਜੀ। ਜੀ ਬਿਲਕੁਲ, ਮੈਂ ਇੱਕ ਦੁਆ ਹੈ ਔਰ ਇੱਕ ਵਿਛੋੜੇ ਦੀ ਇੱਕ ਮੈਂ ਸਮਝਣਾ ਕਿ ਇੱਕ ਹੂਕ ਹੈ ਜਿਹੜੀ ਬਾਬੂ ਸਿੰਘ ਮਾਨ ਜੀ ਨੇ ਲਿਖੀ, ਉਹਦੀ ਦੋ ਲਾਈਨਾਂ ਜ਼ਰੂਰ ਤੁਹਾਡੀ ਨਜ਼ਰ ਕਰਨਾ ਸੁਣਨ ਵਾਲਿਆਂ ਦੀ। ਮਾਇਆ ਹੈ ਜਿਹੜਾ ਤੁਸੀਂ ਬੋਲਿਆ ਸੀ, ਵੇ ਕੋਈ ਸੁਰਖ ਗੁਲਾਬ ਵੇ, ਵੇ ਕੋਈ ਸੁਰਖ ਗੁਲਾਬ ਤੇਰੇ ਕੋਲ ਆਏ, ਸ਼ਾਲਾ ਉੱਥੇ ਵੀ ਪੰਜਾਬ ਵੇ, ਆਏ ਰੋਂਦੇ ਰਾਵੀ ਤੇ ਚਨਾਬ ਗਿਆ ਵੰਡਿਆ ਪੰਜਾਬ, ਰੋਂਦੇ ਰਾਵੀ ਤੇ ਚਨਾਬ ਗਿਆ ਵੰਡਿਆ ਪੰਜਾਬ, ਰੂਹਾਂ ਰੋਂਦੀਆਂ ਵੀ ਲਿਖਦੀਆਂ ਸਾਵਾਂ, ਰੂਹਾਂ ਰੋਂਦੀਆਂ ਵੀ ਲਿਖਦੀਆਂ ਸਾਵਾਂ, ਤੇ ਵੀਰਾਂ ਕੋਲੋਂ ਵੀਰ ਵਿਛੜੇ, ਹੁਣ ਹੁਣ ਕੇ ਸਬਬ ਨਾਲ ਮੇਲੇ ਨਦੀਓ ਨੀਰ ਵਿਛੜੇ, ਰੋਂਦੇ ਤੇ ਚਨਾਬ ਗਿਆ ਵੰਡਿਆ ਪੰਜਾਬ, ਉਹ ਵੰਡ ਦਿੱਤੇ ਪੰਜ ਪਾਣੀ ਵੰਡ ਦਿੱਤੀ ਧਰਤੀ, ਵੰਡ ਦਿੱਤੇ ਪੰਜ ਪਾਣੀ
ਵੰਡ ਦਿੱਤੀ ਧਰਤੀ ਨਵਾਂ ਦਿਆ ਪੁੱਤਰਾਂ ਖੀਰ ਕਹਿਤੀ ਕੰਧ ਵਿਹੜੇ ਦੀ ਕੜਾਕੇ ਵਿੱਚ ਵਿਹੜੇ ਕੰਧ ਵਿਹੜੇ ਦੀ ਕੜਾਕੇ ਵਿੱਚ ਵਿਹੜੇ ਤੇ ਵਾਕੇ ਲਕੀਰ ਵਿਛੜੇ ਹੁਣ ਹੋਣਗੇ ਸਬਬ ਨਨ ਮੇਲੇ ਨਦੀਓ ਨੀਰ ਵਿੱਚ ਰੋਂਦੇ ਰਵੀ ਤੇ ਚਨਾਬ ਗਿਆ ਵੰਡਿਆ ਪੰਜਾਬ। ਬਹੁਤ ਖੂਬ ਬਹੁਤ ਖੂਬ। ਇਹ ਐਸੀ ਖਿੱਚੇ ਆ ਕਿ ਜਜ਼ਬਾਤੀ ਹੋ ਜਾਂਦਾ ਹੈ ਜੀ ਬਹੁਤ ਜ਼ਿਆਦਾ। ਮੈਂ ਆਪਣੇ ਡੈਡੀ ਨੂੰ ਵਾਗੇ ਦੀ ਇਹ ਸਰਹੱਦੇ ਤੈਨੂੰ ਤੱਤੀ ਵਾਰ ਨਾ ਲੱਗੇ ਗਾਉਂਦਿਆਂ ਰੋਂਦਿਆਂ ਵੀ ਦੇਖਿਆ। ਖੁਦ ਮੈਨੂੰ ਵੀ ਇਸ ਚੀਜ਼ ਦਾ ਇੰਨਾ ਕਰਾਉਂਦਾ ਕਿਉਂਕਿ ਸਾਂਝਾਂ ਮਿਲੀਆਂ ਨੇ। ਸਾਂਝਾਂ ਇਸ ਤਰ੍ਹਾਂ ਨੇ ਕਿ ਭਗਵੰਤ ਮਾਨ ਜੀ ਦਾ ਮੈਂ ਸਰਬਾਲਾ ਵੀ ਰਿਹਾ, ਮੇਰੀ ਖੁਸ਼ਨਸੀਬੀ ਜਦੋਂ ਉਹਨਾਂ ਦਾ ਵਿਆਹ ਹੋਇਆ, ਔਰ ਇੱਕ ਬਹੁਤ ਹੀ ਖੂਬਸੂਰਤ ਮੌਕਾ ਰਿਹਾ ਭਜਨ ਹਰਭਜਨ ਮਾਨ ਜੀ ਦੇ ਨਾਲ ਬੜੀ ਮੁਹੱਬਤ ਹੈ। ਇੱਥੇ ਅੰਕਲ ਇਕਬਾਲ ਮਹਾਨ ਸਾਹਿਬ ਨੇ ਜਿਤਨੇ ਵੀ ਸ਼ਖਸੀਅਤ ਨੇ ਸਾਰੇ ਬਹੁਤ ਇੱਕ ਵਸੀ ਮਾਸ਼ਾਅੱਲਾ ਉਹਨਾਂ ਦਾ ਹਲਕਾ ਬਾਬ ਰਿਹਾ। ਸੋ ਪਿਆਰ ਦੀ ਸਾਂਝ ਏਕਤਾ ਦੀ ਗੱਲ ਰਹਿੰਦੀ ਹੈ। ਸੋ ਤਕਲੀਫ ਹੁੰਦੀ ਹੈ ਕਿਸੇ ਵੇਲੇ ਕਿ ਯਾਰ ਇੰਨੇ ਕੁ ਸੋਹਣੇ ਸਿਲਸਿਲੇ ਨੇ ਅਤੇ ਪਤਾ ਨਹੀਂ ਨਜ਼ਰ ਲੱਗੀ ਹੈ। ਦਰਅਸਲ ਜੇ ਸੋਚਿਆ ਜਾਵੇ, ਹਾਲਾਂਕਿ ਆਪਾਂ ਜਿਹੜੀ ਤਬਾਦਲਾ ਆਬਾਦੀ ਜਦੋਂ ਹੋਈ ਸੀ, ਵੰਡ ਹੋਈ ਸੀ ਹਿੰਦ ਪਾਕ ਦੀ, ਔਰ ਉਸ ਤੋਂ ਬਾਅਦ ਪੈਦਾ ਹੋਏ ਹਾਂ, ਲੇਕਿਨ ਜਿਹੜੀ ਸਾਡੀ ਰੂਹ ਹੈ ਅਜੇ ਵੀ ਉੱਥੇ ਰਹਿੰਦੀ ਹੈ। ਮਹਿਸੂਸ ਕਰਨ ਵਾਲੀ ਗੱਲ ਹੈ। ਜਿਹੜੇ ਸੰਵੇਦਨਸ਼ੀਲ ਵਿਅਕਤੀ ਹੁੰਦੇ, ਜਿਹੜੇ ਕਲਾ ਨੂੰ ਪ੍ਰੇਮ ਕਰਦੇ, ਜਿਹੜੇ ਜਜ਼ਬਾਤੀ ਹੁੰਦੇ ਆ, ਜੇ ਸੱਚਮੁੱਚ ਜਿਹੜੇ ਸਾਡੇ ਸਿਆਸਤਦਾਨ ਵੀ ਨੇ ਜਜ਼ਬਾਤੀ ਹੁੰਦੇ ਤਾਂ ਕਾਸ਼ ਇਹ ਸਰਹੱਦਾਂ ਜਿਹੜੀਆਂ ਬਹੁਤ ਤਕਲੀਫ ਦੇ। ਹੁਣ ਇੱਕ ਮੇਰੀ ਬਹੁਤ ਇੱਕ ਕਰੀਬੀ ਫੈਮਿਲੀ ਮੇਰੇ ਮਤਲਬ ਲਾਈਕ ਮਾਏ ਬਹੁਤ ਹੀ ਜਿਸ ਤਰ੍ਹਾਂ ਘਰੇਲੂ ਇੱਕ ਮੁਰਾਸਿਮ ਨੇ, ਮਾਨ ਸਾਹਿਬ ਨੇ ਅੰਕਲ ਨਰਿੰਦਰ ਮਾਨ ਜੀ, ਉਹ ਤਸ਼ਰੀਫ ਲਿਆਏ ਪਾਕਿਸਤਾਨ, ਉਹਨਾਂ ਦੀ ਫੈਮਿਲੀ ਆਈ ਅਤੇ ਇੰਨਾ ਕੁ ਮੁਹੱਬਤ ਔਰ ਇੰਨਾ ਖੂਬਸੂਰਤ ਲੱਗਿਆ ਕਿ ਜਿਸ ਵੇਲੇ ਉਹ ਜਾ ਰਹੇ ਸੀ ਅਤੇ ਉਹਨਾਂ ਦੀਆਂ ਅੱਖਾਂ 'ਚ ਵੀ ਆਂਸੂ ਸੀ, ਅਸੀਂ ਛੱਡਣ ਜਾ ਰਹੇ ਸੀ ਅਤੇ ਸਾਡੀਆਂ ਵੀ ਅੱਖਾਂ 'ਚ। ਡੈਡੀ ਜਦੋਂ ਮੋਹਾਲੀ ਮੇਲੇ 'ਤੇ ਗਏ ਅਤੇ ਜਿਸ ਵੇਲੇ ਜਾਣ ਲੱਗੇ ਅਤੇ ਉਹਨਾਂ ਨੇ ਚਰਨਜੀਤ ਆਹੂਜਾ ਸਾਹਿਬ ਕੋਲੋਂ ਪੁੱਛਿਆ ਕਿ ਇਸ ਟ੍ਰੇਨ ਦਾ ਕੀ ਨਾਂ ਹੈ, ਅਤੇ ਉਹਨਾਂ ਨੇ ਕਿਹਾ ਜੀ ਸਮਝੌਤਾ ਐਕਸਪ੍ਰੈਸ, ਅਤੇ ਡੈਡੀ ਦੀਆਂ ਅੱਖਾਂ 'ਚ ਆਸੂ ਸੁਣ ਉਹਨਾਂ ਨੇ ਕਿਹਾ ਯਾਰ ਇਹਦਾ ਤਾਂ ਨਾਂ ਵਿਛੋੜਾ ਐਕਸਪ੍ਰੈਸ ਹੋਣਾ ਚਾਹੀਦਾ। ਔਰ ਉਹਨਾਂ ਨੇ ਉੱਥੇ ਉਸ ਵੇਲੇ ਬੈਠਿਆਂ ਇੱਕ ਗਾਣਾ ਵੀ ਲਿਖਿਆ ਕਿ ਵਿਛੋੜਿਆਂ ਦਾ ਕੱਖ ਨਾ ਰਵੇ, ਰੱਬਾ ਦੁਨੀਆ ਤੋਂ ਚੁੱਕ ਲੈ ਜੁਦਾਈ, ਵਿਛੋੜਿਆਂ ਦਾ ਕੱਖ ਨਾ ਰਵੇ। ਬਾਅਦ 'ਚੋਂ ਸੇਵਕ ਭਾਈ ਜੀ ਨੇ ਗਾਇਆ ਵੀ, ਗੁਰਸੇਵਕ ਮਾਨ ਜੀ ਨੇ। ਮੋਹਸਨ ਭਾਈ ਜਾਨ, ਮੈਂ ਤੁਹਾਡੇ ਕੋਲ ਇੱਕ ਪੁੱਛਣਾ ਚਾਹੁੰਦਾ ਕਿ ਛੱਲਾ ਜੀ 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 ਮਤਲਬ ਇੰਨਾ ਮਕਬੂਲ ਹੋਇਆ ਔਰ ਇੰਨੇ ਗਾਇਕਾਂ ਵੱਲੋਂ ਗਾਇਆ ਗਿਆ ਜੀ ਜੀ। ਮੈਂ ਪ੍ਰਾਈਮ ਏਸ਼ੀਆ ਟੀ ਵੀ 'ਤੇ ਇੱਕ ਪ੍ਰੋਗਰਾਮ ਸੀਰਤ ਕਰਦਾ, ਉਹਦੇ ਵਿੱਚ ਮੈਂ ਖਾਸ ਤੌਰ ਦੇ ਉੱਪਰ ਛੱਲੇ ਦੀ ਹਿਸਟਰੀ, ਛੱਲੇ ਦਾ ਇਤਿਹਾਸ ਸਾਂਝਾ ਕੀਤਾ ਜੀ ਜੀ, ਲੋਕਾਂ ਨੂੰ ਦੱਸਿਆ। ਕਿਉਂਕਿ ਆਮ ਤੌਰ 'ਤੇ ਕਈ ਵਾਰੀ ਇਹ ਸਮਝਿਆ ਗਿਆ ਸਾਡੇ ਇੱਧਰਲੇ ਪੰਜਾਬ ਦੇ ਵਿੱਚ ਕਿ ਵੀ ਇਹ ਛੱਲਾ ਜਿਹੜੀ ਰਵਾਇਤ ਹੈ ਗੁਰਦਾਸ ਮਾਨ ਸਾਹਿਬ ਤੋਂ ਸ਼ੁਰੂ ਹੋਈ ਹੈ। ਚਲੋ ਬੇਸ਼ੱਕ ਉਹਨਾਂ ਨੇ ਗਾਇਆ ਵੀ ਬਹੁਤ ਮਕਬੂਲ ਹੋਇਆ, ਲੇਕਿਨ ਤੁਹਾਡੇ ਵਾਲਿਦ ਹੁਣਾਂ ਨੇ ਔਰ ਖਾਸ ਤੌਰ 'ਤੇ ਜਿਹੜੇ ਤੁਹਾਡੇ ਤਾਇਆ ਜੀ ਨੇ, ਹਾਂਜੀ ਅਨਾਇਤ ਅਲੀ ਸਾਹਿਬ, ਔਰ ਉੱਥੋਂ ਇਹ ਹਿਸਟਰੀ ਤੁਸੀਂ ਆਪਣੇ ਆਪ ਹੀ ਦੱਸੋ ਕਿ ਵੀ ਦਰਅਸਲ ਛੱਲਾ ਕਿੱਥੋਂ ਤੁਰਿਆ, ਕੀ ਹਿਸਟਰੀ ਸੀ ਔਰ ਇਹਨੂੰ ਸਾਂਭਿਆ ਕਿੰਨੇ, ਲਿਖਿਆ ਕਿੰਨੇ, ਤੁਹਾਡਾ ਐਕਚੁਲੀ ਇਹ ਪਰਿਵਾਰ ਦਾ ਜੀ ਜਾਇਦਾਦ ਜੇ ਮੈਂ ਕਹਾਂ ਛੱਲਾ ਤੁਹਾਡਾ ਹੈ ਜੀ। ਵੈਸੇ ਤਾਂ ਸਾਰੇ ਪੰਜਾਬੀਆਂ ਦਾ ਹੀ ਹੋ ਗਿਆ ਹੈ। ਇੰਨੀ ਕੁ ਸੋਹਣੀ ਗੱਲ ਗੁਫਤਗੂ ਕਰ ਰਹੇ ਹੋ, ਮੇਰਾ ਜੀ ਚਾਹੁੰਦਾ ਮੈਂ ਸੁਣਦਾ ਰਹਾਂ ਅਤੇ ਜੇ ਕੈਮਰੇ ਵਾਲੇ ਤੁਹਾਨੂੰ ਯਾਦ ਨਾ ਕਰਾਉਂਦੇ ਤੁਸੀਂ ਕਰਦੇ ਰਹੋ, ਉਹਨਾਂ ਦਾ ਵੀ ਸ਼ੁਕਰੀਆ ਕਿ ਉਹ ਖਿਆਲ ਕਰਦੇ ਨੇ। ਬੜੀ ਸਿੱਧੀ ਜਿਹੀ ਗੱਲ ਹੈ ਕਿ ਦੇਖੋ ਜਿਹੜਾ ਫੋਕ ਹੈ ਨਾ, ਉਹ ਜ਼ਮੀਨ ਦੀ ਪੈਦਾਵਾਰ ਹੈ ਔਰ ਕਲਾਸੀਕਲ ਵੀ ਜਿਹੜਾ ਫੋਕ 'ਚੋਂ ਨਿਕਲਿਆ। ਮੇਰੀ ਖੁਸ਼ਨਸੀਬੀ ਹੈ ਕਿਉਂਕਿ ਅਸਾਜ਼ਾ ਵੀ ਦੇਖ ਰਹੇ ਹੋਣਗੇ ਪ੍ਰੋਗਰਾਮ, ਅਤੇ ਮੈਂ ਆਪਣੇ ਆਪ ਨੂੰ ਤਾਂ ਬਹੁਤ ਹਕੀਰ ਜਿਹਾ ਸਮਝਣਾ, ਗਾਣਾ ਤਾਂ ਬੜਾ ਦੂਰ ਹੈ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਵਾਰਸ ਹੁੰਦਾ। ਬਿਲਕੁਲ ਠੀਕ। ਅਤੇ ਜਿਸ ਵੇਲੇ ਕੋਈ ਚੀਜ਼ ਬਹੁਤ ਆਮ ਹੋ ਜਾਂਦੀ ਹੈ ਤਾਂ ਉਹ ਫੋਕ ਹੋ ਜਾਂਦੀ ਹੈ, ਫੋਕ ਹੋ ਜਾਂਦੀ। ਸਾਡੇ ਵੱਲ ਇੱਕ ਅਜੀਬ ਜਿਹਾ ਦੋਨੋਂ ਪਾਸੇ ਤਕਲੀਫ ਦੇ ਗੱਲ ਹੈ ਕਿ ਜਦੋਂ ਕੋਈ ਚੀਜ਼ ਬਹੁਤ ਆਮ ਹੋ ਜਾਂਦੀ ਹੈ ਅਸੀਂ ਉਹਦੇ ਉੱਤੇ ਫੋਕ ਦਾ ਠੱਪਾ ਲਾ ਦਿੰਦੇ ਹਾਂ। ਫੋਕ ਮੀਨ ਕਿ ਕਿਸੇ ਦਾ ਨਹੀਂ। ਇਹਦੇ ਵਿੱਚ ਮੈਂ ਮਾਫੀ ਚਾਹੁੰਦਾ, ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਜਿਹੜੀ ਮੈਨਸ਼ਨ ਕਰਨੀ ਚਾਹੁੰਦਾ ਕਿ ਕਈ ਸਾਡੇ ਕਲਾਕਾਰ ਭਰਾ ਉਹ ਬਦਕਿਸਮਤੀ ਨਾਲ ਜ਼ਿਕਰ ਤੱਕ ਨਹੀਂ ਕਰਦੇ, ਰੈਫਰੈਂਸ ਨਹੀਂ ਦਿੰਦੇ, ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਇਹ ਜਿਹੜੀ ਸ਼ਰਾਰਤ ਹੈ ਉਹ ਨਹੀਂ ਕਰਨੀ ਚਾਹੀਦੀ। ਉਹ ਬਿਸਮਿਲ੍ਲਾ ਬਜਾ ਫਰਮਾ ਰਹੇ ਹੋ। ਛੱਲੇ ਦੇ ਬਾਰੇ 'ਚ ਸਿਰਫ ਦੋ ਤਿੰਨ ਗੁਜ਼ਾਰਸ਼ਾਤ ਨੇ ਕਿ ਕੁਛ ਜਿਸ ਤਰ੍ਹਾਂ ਹਿਸਟਰੀ 'ਚ ਚੰਦ ਗਾਣੇ ਇੰਨੇ ਕੁ ਪਾਪੂਲਰ ਹੋ ਗਏ ਨੇ, ਉਹਦੇ 'ਚ ਆਈ ਫੀਲ ਵੈਰੀ ਮੱਚ ਓਨਰਡ ਕਿ ਵਨ ਆਫ ਦ ਮੋਸਟ ਫੇਮਸ ਪੰਜਾਬੀ ਸੌਂਗ ਜਿਹੜਾ ਛੱਲਾ ਹੈ ਉਹ
ਪੰਜਾਬ ਦਾ, ਸਾਡੇ ਦੋਨੋਂ ਪੰਜਾਬਾਂ ਦੀ ਸਾਂਝ ਹੈ। ਲੇਕਿਨ ਇਹ ਲਕੀਲੀ ਇਹ ਸਭ ਤੋਂ ਪਹਿਲੇ ਜਿਹੜਾ ਇਹਨੂੰ ਮੇਰੇ ਤਾਇਆ ਨਾਇਤ ਅਲੀ ਸਾਹਿਬ ਨੇ ਗਾਇਆ ਜੀ, ਜਿਹਦੇ 'ਚ ਕੁਛ ਬੋਲ ਮੇਰੇ ਵਾਲਦ ਸਾਹਿਬ ਨੇ ਲਿਖੇ, ਉਹਨਾਂ ਨੇ ਖੁਦ ਜਾ ਕੇ ਤਾਇਆ ਜੀ ਦਾ EMI 'ਚ ਰਿਕਾਰਡ ਕਰਵਾਇਆ। ਠੀਕ ਹੈ। ਡੈਡੀ ਇਹਨੂੰ 70s ਦੇ ਮਿਡ 'ਚੋਂ ਹੀ ਐਂਡ 70s 'ਚੋਂ ਪ੍ਰੋਗਰਾਮਾਂ ਦੇ ਵਿੱਚ ਗਾਉਣ ਲੱਗ ਪਏ, ਜਿਸ ਤਰ੍ਹਾਂ ਬਹੁਤ ਸਾਰੀਆਂ ਉਹਨਾਂ ਦੀ ਰਿਕਾਰਡਿੰਗਸ ਨੇ ਜਿਹੜੀਆਂ ਪਹਿਲੇ ਜਿਸ ਤਰ੍ਹਾਂ ਆਮ ਉਦੋਂ ਮਹਿਫਲਾਂ ਦੇ ਦੌਰ ਹੁੰਦੇ ਸਨ ਜੀ। ਫਿਰ ਇਹਨੂੰ ਤਾਇਆ ਜੀ ਨੇ ਗਾਇਆ, ਫਿਰ ਇਹਨੂੰ ਉਸ ਤੋਂ ਬਾਅਦ ਡੈਡੀ ਮਹਿਫਲਾਂ ਦੇ ਵਿੱਚ ਪ੍ਰੋਪਰ ਗਾਉਂਦੇ ਸਨ। ਇਹਨੂੰ 82 ਦੇ ਵਿੱਚ ਗੁਰਦਾਸ ਮਾਂ ਜੀ ਨੇ ਲੌਂਗ ਦਾ ਲਿਸ਼ਕਾਰਾ 'ਚ ਗਾਇਆ, ਹੂਬਹੂ ਉਹਨਾਂ ਨੇ ਮਾਸ਼ਾਅੱਲਾ ਕੀਤਾ, ਬੜਾ ਅੱਛਾ ਚੱਲਿਆ। ਲੇਕਿਨ ਤਕਲੀਫ ਦੇ ਗੱਲ ਇਹ ਹੁੰਦੀ ਕਿ ਜਦੋਂ ਕੋਈ ਗਾਣਾ ਪਾਪੂਲਰ ਹੋ ਜਾਂਦਾ ਤਾਂ ਫਿਰ ਉਹਦੇ ਨਾਲ ਇੱਕ ਹਿਸਟਰੀ ਜੋੜ ਦਿੱਤੀ ਜਾਂਦੀ ਹੈ ਕਿ ਸਾਦਲ ਬਾਰ ਦਾ ਗਾਣਾ ਜਾਂ ਕਿਸੇ ਮਲਾਹ ਦਾ ਪੁੱਤਰ ਸੀ ਉਹਦੇ ਵਿੱਚ ਆਇਆ। ਨਹੀਂ, ਐਸਾ ਨਹੀਂ ਹੈ। ਜਿਸ ਤਰ੍ਹਾਂ ਹੈ ਨਾ ਕਿ ਛੱਲਾ ਮੇਰਾ ਜੀ ਢੋਲਾ ਲਾ 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 ਰਾ ਰਾ, ਇਸੇ ਤਰ੍ਹਾਂ ਬਹੁਤ ਸਾਰੇ ਗਾਣੇ ਛੱਲੇ 'ਤੇ ਬਣੇ ਨੇ। ਕੋਕੇ 'ਤੇ ਇੱਕ ਡੈਡੀ ਦਾ ਗਾਣਾ ਸੀ, ਤੇਰਾ ਸੋਨੇ ਦਾ ਕੋਕਾ ਪਿਆ ਦੱਸਦਾ ਹੀ ਨਹੀਂ, ਕੋਈ ਦੇ ਗਈ ਧੋਖਾ ਉਹਨਾਂ ਦਾ ਲਿਖਿਆ ਸੀ। ਸੋ ਕੋਕੇ 'ਤੇ ਗਾਣਾ ਬਣਿਆ, ਛੱਲੇ 'ਤੇ ਬਣਿਆ, ਸੋਨੇ ਦੀ ਤਵੀਤੜੀ ਜਿਵੇਂ ਹੁੰਦੀ, ਇਸੇ ਤਰ੍ਹਾਂ ਇਹ ਛੱਲੇ ਦਾ ਇੱਕ ਗਾਣਾ ਹੈ ਜਿਹੜਾ ਅਨਾਇਤ ਅਲੀ ਸਾਹਿਬ ਦਾ ਔਰ ਸ਼ੌਕਤ ਅਲੀ ਸਾਹਿਬ ਦਾ ਮਿਕਸ ਹੈ ਔਰ ਉਹਨਾਂ ਦਾ ਗਾਇਆ ਹੋਇਆ। ਉਸ ਤੋਂ ਬਾਅਦ ਮਾਸ਼ਾਅੱਲਾ ਇਹ ਬਹੁਤ ਦਫਾ ਰੀਡੂ ਹੋਇਆ, ਜਿਸ ਤਰ੍ਹਾਂ ਕਦੀ ਇਤਿਹਾਸ ਬੋਲ ਵੀ ਇੱਕ ਗੀਤ ਹੈ ਜਿਹਦੇ 'ਚ ਦੁਆਵਾਂ ਨੇ, ਬਲੈਸਿੰਗ ਨੇ, ਅੱਗੋਂ ਉਹਦੇ 'ਚ ਲਫ਼ਜ਼ ਸ਼ਾਮਿਲ ਹੁੰਦੇ ਗਏ। ਤਕਲੀਫ ਦੇ ਗੱਲ ਹੈ ਕਿ ਹੁਣ ਇਹਨੂੰ ਇੱਕ ਸਟੋਰੀ ਦੇ ਨਾਲ ਮਨਸੂਬ ਕੀਤਾ ਜਾਂਦਾ, ਸਟੋਰੀ ਦਾ ਨਹੀਂ। ਦੂਸਰਾ, ਜਿਹਨੇ ਓਰੀਜਨਲ ਗਾਇਆ ਅਗਰ ਉਹ ਹਯਾਤ ਹੈ, ਜ਼ਿੰਦਾ, ਅਤੇ ਉਹ ਉਹਦੀ ਹਿਸਟਰੀ ਬਿਆਨ ਕਰੇ ਤਾਂ ਜ਼ਰਾ ਜ਼ਿਆਦਾ ਸੋਹਣਾ ਲੱਗਦਾ ਜੀ, ਨਾ ਕਿ ਜਿੰਨਾ ਕਾਪੀ ਕੀਤਾ ਉਹ ਦੱਸਣਗੇ। ਬਿਲਕੁਲ, ਕਿਉਂਕਿ ਕਹਿਣਗੇ ਕਿ ਬਈ ਯੂ ਆਰ, ਤੁਸੀਂ ਤਾਂ ਕਾਪੀ ਕਰ ਰਹੇ ਹੋ ਭਾਜਨ। ਠੀਕ ਹੈ। ਅਤੇ ਉਹ ਬੋਲੇ ਉਹ ਜਿਹੜਾ ਇੱਕ ਹਿਸਟਰੀ ਹੈ ਜਿਹਨੇ ਪਹਿਲਾਂ ਗਾਇਆ, ਨਾਲੇ ਅੱਜ ਇੰਨਾ ਕਿਸਾਨ ਸੁਖਨ ਬਈ ਦੌਰ ਹੋ ਗਿਆ ਕਿ ਗੂਗਲ ਕਰੋ, EMI ਦੀ ਰਿਕਾਰਡਿੰਗਸ 'ਚ ਚਲੇ ਜਾਓ, ਤੁਹਾਨੂੰ ਖੁਦ ਬ ਖੁਦ ਹੀ ਪਤਾ ਲੱਗ ਜਾਂਦਾ ਕਿ ਕਿਹਦਾ ਹੈ ਵੇ ਕਿਹਦਾ ਹੈ। ਸਾਡੇ ਜ਼ਰਾ ਇਹ ਤਕਲੀਫ ਦੇ ਅਲਮੀ ਹੈ, ਤੁਸੀਂ ਗਾਓ ਅਤੇ ਤੁਸੀਂ ਕਰੋ। ਮੇਰੇ ਵੀਰ ਨੇ ਮਾਸਟਰ ਸਲੀਮ ਸਾਹਿਬ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਉਹਨਾਂ ਨੇ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਕਦੀ ਇਤਿਹਾਸ ਬੋਲਵੇ ਦੇ ਬਾਰੇ 'ਚ ਔਰ ਛੱਲੇ ਦੇ ਬਾਰੇ 'ਚ ਜਦੋਂ ਡੈਡੀ ਦਾ, ਅਤੇ ਬੜੀਆਂ ਦੁਆਵਾਂ ਨਿਕਲਦੀਆਂ ਨੇ। ਬਹੁਤ ਖੁਸ਼ੀ ਹੁੰਦੀ ਹੈ ਕਿ ਯਾਰ ਉਹਨਾਂ ਨੇ ਸੱਚ ਬੋਲਿਆ, ਔਰ ਨਾ ਵੀ ਕਹੋ ਤਾਂ ਖੁਸ਼ੀ ਹੁੰਦੀ ਹੈ ਕਿਸੇ ਕਰਮਾਲ ਦਾ ਕੋਈ ਗਾਣਾ ਗਾਉਂਦਾ। ਵੈਸੇ ਇਹਦਾ ਹਿਸਟਰੀ ਕੀ, ਇਹਦਾ ਇਤਿਹਾਸ ਕੀ ਹੈ, ਸੱਚਮੁੱਚ ਹੀ ਕੋਈ ਮਲਾਹ ਦਾ ਪੁੱਤਰ ਸੀ ਜਾਂ ਕੀ ਇਤਿਹਾਸ ਹੈ, ਜਾਂ ਇਹ ਕਲਪਨਾ ਹੀ ਸੀ ਜਿਹੜਾ? ਬਿਲਕੁਲ ਕੋਈ ਇਹਦੇ, ਇਹ ਇੱਕ ਸਿੰਪਲ ਗੀਤ ਹੈ, ਸਿੰਪਲ ਗੀਤ ਲਿਖਿਆ ਗਿਆ, ਇੱਕ ਸਿੰਪਲ। ਦੇਖੋ ਨਾ, ਮੈਂ ਤੁਹਾਨੂੰ ਇੱਕ ਮਿਸਾਲ, ਹੁਣ ਇਹ ਇੱਕ ਡੈਡੀ ਦਾ ਇੱਕ ਉਹਨਾਂ ਦੀ ਕੰਪੋਜੀਸ਼ਨ ਹੈ ਔਰ ਬੋਲੀ, ਮੈਂ ਨਜ਼ਰ ਕਰਨਾ ਵਾ ਭਾਬੀ ਜੀ ਤੁਹਾਡੇ ਕਿ ਜੀ, ਵੇ ਮੇਰਾ ਸੱਚ ਯਾਰ ਗੁਆਚਾ, ਹਾਏ ਹੋਏ ਮੇਰਾ ਸੱਚ ਯਾਰ ਗੁਆਚਾ, ਹੰਝੂਆਂ 'ਚ ਲੱਭਦੇ ਫਿਰਾਂਵੇ ਚਲਵੇਂ। ਹੁਣ ਇਹ ਬੋਲੀਆਂ ਨੇ ਜਿਹੜੀਆਂ ਕਿ ਡੈਡੀ ਨੇ ਗਾਈਆਂ, ਮਾਸ਼ਾਅੱਲਾ ਬਾਅਦ 'ਚ ਮੇਰੇ ਖਿਆਲ ਚੰਨ ਪ੍ਰਦੇਸੀ 'ਚ ਵੀ ਆਈ ਜੀ। ਹੁਣ ਇਹ ਫੋਕ ਦਾ ਰੰਗ ਅਖਤਿਆਰ ਕਰ ਗਈ ਨੇ ਕਿ ਫੋਕ ਨਹੀਂ, ਲੇਕਿਨ ਕੰਪੋਜੀਸ਼ਨ ਹੈ ਵਾਲਿਦ ਸਾਹਿਬ ਦੀ। ਮੈਂ ਬਹੁਤ ਸਾਰੇ ਐਸੇ ਗੀਤ ਸੁਣਦਾ ਹਾਂ ਜਿਹੜੇ ਤੁਹਾਡੇ ਵਾਲਿਦ ਸਾਹਿਬ ਨੇ ਗਾਏ ਨੇ, ਬਾਅਦ 'ਚੋਂ ਫੋਕ ਕਰਕੇ ਜਾਣੇ ਜਾਂਦੇ ਨੇ, ਇੱਧਰ ਵੀ ਗਾਏ ਗਏ। ਇਹਨਾਂ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ, ਉਹੀ ਗੱਲ ਹੈ ਜੀ, ਫਿਰ ਵਕਫਾ ਜੀ, ਰੋਜ਼ੀ ਰੋਟੀ ਜ਼ਰੂਰੀ ਹੈ ਜੀ, ਇੱਕ ਵਕਫੇ ਤੋਂ ਬਾਅਦ ਮਿਲਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿਕ ਦੇ ਜ਼ਰੀਏ। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਇਰ ਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ, ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ, ਔਰ ਅੱਜ ਸਾਡੇ ਨਾਲ ਬਹੁਤ ਹੀ ਸੁਰੀਲੇ ਲੋਕ ਗਾਇਕ, ਚੜ੍ਹਦੇ ਲਹਿੰਦੇ ਪੰਜਾਬ ਦੇ ਵਿੱਚ ਪਿਆਰੇ ਜਾਂਦੇ ਮੁਹਸਿਨ ਸ਼ੌਕਤ ਅਲੀ ਪਹੁੰਚੇ ਹੋਏ ਨੇ। ਜ਼ਿਆਦਾ ਗੱਲਾਂ ਨਹੀਂ ਕਰਦਾ ਕਿਉਂਕਿ ਸਮਾਂ ਘੱਟ ਹੈ, ਵੱਧ ਤੋਂ ਵੱਧ ਉਹਨਾਂ ਦੀਆਂ ਗੱਲਾਂ ਅਤੇ ਗੀਤ ਸੁਣਨੇ ਨੇ।
ਭਾਈ ਜਾਨ, ਉਹ ਆਪਾਂ ਜਿਹੜਾ ਛੱਲੇ ਦੀ ਗੱਲ ਕਰਦੇ ਸੀ, ਉਹ ਸੱਚਮੁੱਚ ਹੀ ਉਹ ਇੱਕ ਮਹਿਜ਼ ਇੱਕ ਥੋਟ ਆਇਆ ਅਤੇ ਗਾਣਾ ਲਿਖਿਆ ਗਿਆ, ਉਹਦੇ ਪਿੱਛੇ ਜਿਹੜਾ ਕਹਾਣੀਆਂ ਬਣੀਆਂ ਨੇ, ਜੇ ਮਲਾਹ ਸੀ ਉਹਦਾ ਪੁੱਤਰ ਸੀ, ਉਹ ਇੱਦਾਂ ਦੀ ਕੋਈ ਗੱਲ ਨਹੀਂ? ਇਹਦਾ ਕੋਈ ਨਹੀਂ, ਇਹ ਇੱਕ ਪਿਓਰਲੀ ਇੱਕ ਗੀਤ ਹੈ ਜਿਹੜਾ ਗੀਤ ਦੁਆਵਾਂ ਦੇ ਨਾ ਜੀ, ਛੱਲਾ ਹੋਇਆ ਵੈਰੀ ਸੱਜਣ ਬੱਜ ਗਏ ਕਚਹਿਰੀ, ਰੋਵਾਂ ਸ਼ਕਰ ਦੁਪਹਿਰੀ, ਕਿਉਂ ਨਾ ਇਹ ਤੁਸੀਂ ਥੋੜ੍ਹਾ ਜਿਹਾ ਸੁਣਾ ਦਿਓ? ਜੀ ਜੀ ਬਿਲਕੁਲ, ਮੈਂ ਬਿਲਕੁਲ ਕਰਨਾ, ਔਰ ਮੈਂ ਆਪਣੀ ਇੱਕ ਬੜੀ ਖੂਬਸੂਰਤ ਇੱਕ ਮੇਰੀ ਦੋਸਤ ਨੇ, ਉਹਨਾਂ ਦਾ ਸ਼ੁਕਰੀਆ ਕਿ ਮੇਰੇ ਸੀਨੇ ਦੇ ਨਾਲ ਉਹਨਾਂ ਦੀ ਯਾਦਾਂ ਨੇ ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇ। ਜਾਨ ਕਦਮਾਂ ਵਿੱਚ ਤਰ ਕੇ ਉਹ ਛੱਲਾ ਬੇਰੀ ਬੂਰੇ ਵੇ, ਛੱਲਾ ਬੇਰੀ ਬੂਰੇ, ਵਤਨ ਮਾਈ ਦਾ ਦੂਰੇ, ਵਤਨ ਮਾਈ ਦਾ ਉਹ ਦੂਰੇ ਵੇ, ਜਾਣਾ ਪਹਿਲੇ ਪੂਰੇ ਵੇ, ਗੱਲ ਸੁਣ ਛੱਲਿਆ ਜੋਰਾ ਵੇ, ਦਿਲ ਨੂੰ ਲਾਏ ਜੋਰਾ। ਛੱਲਾ ਨੋਨੂ ਤੇਵੇ, ਛੱਲਾ ਨੋਨੂ ਤੇਵੇ, ਛੱਲਾ ਨੋਨੂ ਤੇਵੇ, ਛੱਲਾ ਨੋਨੂ ਤੇਵੇ ਵੇ, ਪੁੱਤਰ ਮਿੱਠੇ ਮੇਵੇ ਹੈ ਅੱਲਾ ਸਭ ਨੂੰ ਦੇਵੇ ਵੇ, ਛੱਲਾ ਚੀਚੀ ਪਾਇਆ ਵੇ, ਧੀਆਂ ਤਨ ਜੇ ਪਰਾਇਆ ਇਹ ਦੇਖੋ ਜੀ, ਇੱਕ ਦੁਆ ਹੈ, ਇੱਕ ਮੈਲੋਡੀ ਹੈ, ਔਰ ਰਾਇਜ ਹੈ ਅੱਜ ਤੱਕ, ਔਰ ਕਿਉਂਕਿ ਅਸਲ 'ਚ ਪੈਰਵੀ ਜਿਤਨਾ ਵੀ ਹੈ ਰਾਗ, ਉਹ ਮਿੱਠੇ ਸੁਰਾਂ ਦੀ ਹੈ, ਉਹ ਜਿੱਥੋਂ ਜਿੱਥੋਂ ਲੰਘਦੀ ਜਾਂਦੀ ਸੀ, ਕਿਉਂਕਿ ਸਾਰੇ ਦੇ 12 ਸੁਰ ਜਿਹੜੇ ਨੇ ਉਹ ਕੋਮਲ ਨੇ, ਔਰ ਇੰਤਹਾਈ ਮਿਠਾਸ ਵਾਲੀ ਮੈਲੋਡੀਜ਼ ਹੈ। ਕੁਝ ਚੀਜ਼ਾਂ ਨੇ ਉਹ ਰਿਵਾਈਵਲ ਤੁਸੀਂ ਜਦੋਂ ਵੀ ਕਰੋਗੇ, ਉਹ ਤੁਹਾਨੂੰ ਹਮੇਸ਼ਾ ਮਿੱਠੀਆਂ ਲੱਗਣਗੀਆਂ, ਸੋਹਣੀਆਂ ਲੱਗਣਗੀਆਂ। ਇੰਨੀ ਮਿੱਠੀ ਲੱਗੀ, ਇੰਨਾ ਮੰਤਰ ਮੁਗਧ ਹੋ ਗਿਆ, ਬੰਦਾ ਭੁੱਲ ਜਾਂਦਾ ਹੈ। ਉਹ ਜਿੱਦਾਂ ਹੁੰਦਾ ਨਾ ਕਿ ਵੀ ਇੱਕ ਹੋਸਟ ਦੀ ਹੁੰਦੀ ਹੈ ਕਿ ਵੀ ਉਹਨੇ ਸੁਣ ਕੇ ਉਸ ਤੋਂ ਬਾਅਦ ਅਗਲਾ ਸਵਾਲ ਕਰਨਾ ਜਾਂ ਅਗਲੀ ਗੱਲ ਪੁੱਛਣੀ, ਲੇਕਿਨ ਆਪਣੀ ਤਾਂ ਅੱਜ ਦੀ ਗੱਲ ਹੈ ਨਹੀਂ, ਤੁਸੀਂ ਗਾ ਰਹੇ ਤੇ ਮੈਂ ਮੰਤਰ ਮੁਗਧ ਹੋ ਗਿਆ ਜੀ। ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਵਾ ਕਿ ਇੰਨੀ ਕੁ ਸੋਹਣੀ ਜਿਹੜੀ ਤੁਸੀਂ ਨੌਲੇਜ ਦੀ ਇੱਕ ਤੁਹਾਡੀ ਸੈਂਸ ਹੈ, ਔਰ ਇਲਮ ਜਿਹੜਾ ਤੁਸੀਂ ਲੈਂਦੇ ਹੋ, ਇਹ ਤੁਹਾਨੂੰ ਪ੍ਰੇਰਣਾ ਜਿਹੜੀ ਹੈ ਵਾਲਿਦ ਸਾਹਿਬ ਤੋਂ ਮਿਲੀ, ਉਹਨਾਂ ਤੋਂ ਇਲਾਵਾ ਕਿਹਦੇ ਕੋਲੋਂ? ਦਰਅਸਲ ਇੱਕ ਤਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਨਾ, ਇਹ ਤੁਸੀਂ ਜਵਾਬ ਪਹਿਲਾਂ ਹੀ ਦੇ ਚੁੱਕੇ ਹੋ ਕਿ ਇੱਕ ਤਾਂ ਚਲੋ ਘਰ ਦੇ ਵਿੱਚ ਤਾਂ ਹੁੰਦਾ ਹੀ ਹੈ, ਜਿਹੜੀ ਤੁਹਾਡੀ ਪੈਦਾਇਸ਼ ਹੁੰਦੀ, ਤੁਹਾਡੇ ਵਾਲਿਦ ਸਾਹਿਬ, ਉੱਥੋਂ ਤੁਸੀਂ ਪ੍ਰੇਰਣਾ ਲੈਂਦੇ ਹੋ। ਇੱਕ ਜਿਹੜਾ ਜਿਹੜਾ ਖੁਦਾ ਵੱਲੋਂ ਹੀ, ਜਿਹੜਾ ਰੱਬ ਵੱਲੋਂ ਹੀ ਕਹਿੰਦੇ ਨਾ ਵੀ ਭੇਜਦਾ ਹੈ ਰੱਬ ਕੋਈ ਡਿਵਾਈਸ ਲੈ ਕੇ, ਜੇ ਡਿਵਾਈਸ ਕਹਿੰਦੇ ਨਾ ਕਿ ਵੀ ਇੱਕ ਇਨਸਾਨ ਮੁਹੱਬਤ ਕਰਦਾ ਹੈ, ਉਹ ਤਰਲ ਹੁੰਦਾ ਇਹਦਾ ਜਜ਼ਬਾ, ਅਤੇ ਇੱਕ ਦੇ ਵਿੱਚ ਦਾਇਆ ਭਾਵਨਾ ਬਿਲਕੁਲ ਨਹੀਂ ਹੁੰਦੀ, ਜਿੰਨਾ ਮਰਜ਼ੀ ਤੁਸੀਂ ਉਹਨੂੰ ਸਿਖਾ ਲਓ, ਔਰ ਰੱਬ ਨੇ ਉਹ ਡਿਵਾਈਸ ਨਹੀਂ ਫਿੱਟ ਕੀਤੀ ਹੁੰਦੀ ਇਹਦੇ 'ਚ। ਮੈਂ ਤਾਂ ਇਹ ਕਹਾਂਗਾ ਵੀ ਤੁਹਾਡੇ ਘਰ ਵਾਲੇ ਨੂੰ ਸੁਜੈਸ਼ਨ ਦਿਆਂਗਾ, ਤੁਸੀਂ ਧਿਆਨ ਰੱਖਿਆ ਕਰਨ, ਖਜ਼ਾਨਾ ਜਿਹੜਾ ਉਹ ਕੀਮਤੀ ਹੈ। ਚਲੋ ਮੈਂ ਨਾ ਇੱਥੇ ਇੱਕ ਗੱਲ ਆਪਣੇ ਵੇਖਣ ਵਾਲੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਪ੍ਰੋਗਰਾਮ ਨੂੰ ਜਿਹੜੇ ਜਿਹੜੇ ਵੇਖ ਰਹੇ ਨੇ, ਔਰ ਇਸ ਗੱਲ ਨੂੰ ਪੁਖਤਾ ਕਰ ਲਓ ਔਰ ਦਿਮਾਗ ਦੇ ਵਿੱਚ ਬਿਠਾ ਲਓ ਕਿ ਜਿਹੜਾ ਛੱਲਾ ਸੀ, ਜਿਹੜੀਆਂ ਕਹਾਣੀਆਂ ਐਵੇਂ ਵਾਹੀਆਤ ਜੋੜੀਆਂ ਜਾਂਦੀਆਂ ਨੇ ਕਿ ਵੀ ਉਹ ਮਲਾਹ ਦਾ ਪੁੱਤਰ ਸੀ ਅਤੇ ਉਸ ਕਹਾਣੀ ਕੋਈ ਸਾਂਦਲਬਾਰ ਨਹੀਂ, ਦਰਅਸਲ ਜਿਹੜਾ ਛੱਲਾ ਸੀ ਜੀ, ਉਹ ਸ਼ੌਕਤ ਅਲੀ ਸਾਹਿਬ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਵੱਡੇ ਭਾਈ ਜਾਨ ਸੀਗੇ ਇਨਾਇਤ ਅਲੀ ਖਾਨ, ਔਰ ਉਹਨਾਂ ਤੋਂ ਜਿਹੜਾ ਸੀ ਗਾਂ ਤੁਰਿਆ, ਅਤੇ ਫਿਰ ਅੱਜ ਸਾਰੇ ਸੰਸਾਰ ਪ੍ਰਸਿੱਧ ਪੰਜਾਬੀ ਫੋਕ ਗੀਤ ਜਿਹੜਾ ਜੀ ਉਹ ਬਣ ਚੁੱਕਾ ਹੈ। ਆਓ ਕੁਝ ਹੋਰ ਗੱਲਾਂ ਬਾਤਾਂ ਕਰਦੇ। ਅੱਛਾ ਭਾਈ ਜਾਨ, ਇੱਕ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਜਦੋਂ ਸਪੋਜ਼ ਕਰੋ ਕਿ ਵੀ ਤੁਸੀਂ ਛੋਟੇ ਹੁੰਦੇ ਸੀ ਔਰ ਗੀਤ ਤੁਸੀਂ ਇੱਧਰ ਵਾਲੇ ਵੀ ਸੁਣਦੇ ਸੀਗੇ, ਆਪਣੇ ਵਾਲਦ ਦੇ ਵੀ ਸੁਣਦੇ ਸੀਗੇ, ਪਹਿਲਾਂ ਜਦੋਂ ਕਹਿੰਦਾ ਨਾ ਕਿ ਬੰਦਾ ਗੁਣਗੁਣਾਉਣਾ ਜੀ, ਮਤਲਬ ਸਿੱਖਦਾ ਜਾਂ ਉਹਨੂੰ ਲੱਗਦਾ ਕਿ ਵੀ ਮੇਰੀ ਆਵਾਜ਼ ਮੇਰੇ ਕੰਨਾਂ ਨੂੰ ਵਧੀਆ ਲੱਗਦੀ ਔਰ ਮੈਂ ਵੀ ਗਾ ਸਕਦਾ, ਅਤੇ ਤੁਹਾਨੂੰ ਕਿਹੜਾ ਬਚਪਨ 'ਚ ਵਧੀਆ ਲੱਗਦਾ ਸੀ ਜਾਂ ਆਪਣੇ ਵਾਲਿਦ ਸਾਹਿਬ ਦਾ ਕੋਈ ਗੀਤ ਐਸਾ ਵਧੀਆ ਲੱਗਦਾ ਜਿਹੜਾ ਤੁਸੀਂ ਵਾਰ ਵਾਰ ਗੁਣਗੁਣਾਉਂਦੇ ਸੀ ਜਾਂ ਸਕੂਲਾਂ 'ਚ ਗੁਣਗੁਣਾਉਂਦੇ ਸੀ? ਦੇਖੋ ਪਹਿਲੇ ਤਾਂ ਮੈਂ ਕੈਥੇਡ੍ਰਲ ਸਕੂਲ 'ਚ, ਕਿਉਂਕਿ ਕ੍ਰਿਸਚਨ ਸਕੂਲ ਸੀ ਔਰ ਉਹਦੇ 'ਚ ਮਿਊਜ਼ਿਕ ਦਾ ਬਹੁਤ ਜ਼ਿਆਦਾ ਇਨਫਲੂਐਂਸ ਸੀ, ਘਰ ਦਾ ਵੀ ਮਾਹੌਲ ਐਸਾ ਸੀ, ਸਕੂਲ ਦਾ ਵੀ ਮਾਹੌਲ ਐਸਾ ਸੀ,
ਸੋ ਮੇਰੇ ਟੀਚਰਸ ਮੇਰੇ ਨਾਲ ਬੜਾ ਪਿਆਰ ਕਰਦੇ ਸੀ, ਉਹ ਸ਼ਰਾਰਤਾਂ ਤੋਂ ਵੀ ਕਿਸੇ ਵੇਲੇ ਮਾਫ਼ੀ ਮਿਲ ਜਾਂਦੇ ਸੀ ਕਿ ਗਾਉਂਦਾ ਥੋੜ੍ਹਾ ਜਿੰਨਾ ਠੀਕ ਹੀ ਹੈ, ਅਤੇ ਉਹ ਮੈਂ ਅਸੈਂਬਲੀ ਦੇ ਵਿੱਚ ਸੁਬਾਹ ਦੀ ਜਿਹੜੀ ਪਹਿਲੀ ਦੁਆ ਹੈ ਲੱਪਿਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ ਜਾਂ ਹੋਰ ਇਲਾਮਾ ਇਕਬਾਲ ਦੇ ਕਲਾਮ ਸੀ ਉਹ ਗਾਉਂਦੇ ਸੀ। ਵਾਲਿਦ ਸਾਹਿਬ ਦੇ ਬਹੁਤ ਸਾਰੇ ਗੀਤ ਨੇ, ਮੈਂ ਪਰਵੇਜ਼ ਮਹਿਦੀ ਸਾਹਿਬ ਨੂੰ ਬਹੁਤ ਜ਼ਿਆਦਾ ਸੁਣਿਆ, ਮੇਰੇ ਰੂਹ ਦੇ ਵਿੱਚ ਵਸਦੇ ਨੇ ਉਹ। ਵਾਲਿਦ ਸਾਹਿਬ ਤੋਂ ਇਲਾਵਾ ਗੁਲਾਮ ਅਲੀ ਸਾਹਿਬ ਨੂੰ ਬਹੁਤ ਜ਼ਿਆਦਾ ਸੁਣਿਆ, ਪੂਰਨ ਮੰਡਾਲੀ ਸਾਹਿਬ ਨੂੰ ਮੈਂ ਬੜਾ, ਉਹਨਾਂ ਦਾ ਜੁਗਨੀ ਕਹਿੰਦੀ ਆ ਜਿਹੜਾ ਨਾਮ ਅਲੀ ਦਾ ਲੈਂਦੀ ਆ, ਜਿਹੜਾ ਉਹਨਾਂ ਦੀ ਫੋਕ ਦੀਆਂ ਗੀਤ ਕੈਸਟਸ ਨੇ ਪੁਰਾਣੀਆਂ, ਉਹ ਮੈਂ ਉਹਨਾਂ ਨੂੰ ਬਹੁਤ ਸੁਣਿਆ, ਬਹੁਤ ਸਾਰਾ ਸੰਗੀਤ ਖੂਬਸੂਰਤ ਸੁਣਿਆ। ਮੇਰੀ ਖੁਸ਼ਨਸੀਬੀ ਹੈ ਕਿ ਮੈਂ ਗਾਇਕ ਤਾਂ ਨਹੀਂ ਆਪਣੇ ਆਪ ਨੂੰ ਕਹਿੰਦਾ, ਮੈਂ ਸੁਣਨ ਵਾਲਾ ਬੜਾ ਅੱਛਾ ਰਿਹਾ। ਠੀਕ ਹੈ, ਮੈਂ ਸੁਣਿਆ ਬਹੁਤ, ਅਤੇ ਮੇਰੀ ਮੈਂ ਮਹਿੰਦੀ ਸਾਹਿਬ ਦੀ ਗੋਦ 'ਚ ਬੈਠ ਕੇ ਉਹਨਾਂ ਨੂੰ ਸੁਣਿਆ ਵੀ, ਉਹਨਾਂ ਨੂੰ ਸੁਣਾਇਆ ਵੀ ਥੋੜ੍ਹਾ ਜਿੰਨਾ ਬਚਪਨ 'ਚ, ਉਹਨਾਂ ਕੋਲੋਂ ਦੁਆਵਾਂ ਦਿੱਤੀਆਂ। ਮੈਂ ਮੈਡਮ ਨੂਰ ਜਹਾਂ ਜੀ ਕੋਲੋਂ ਦੁਆਵਾਂ ਦਿੱਤੀਆਂ, ਉਹਨਾਂ ਨੇ ਮੈਨੂੰ 1000 ਰੁਪਇਆ ਇੱਕ ਦਫ਼ਾ ਇਨਾਮ ਦਿੱਤਾ ਐਵਨਿਊ ਸਟੂਡੀਓ ਦੇ ਵਿੱਚ, ਔਰ ਉਹਨਾਂ ਨੇ ਮੇਰੇ ਡੈਡੀ ਨੂੰ ਕਿਹਾ, ਇੱਕ ਬਹੁਤ ਵੱਡੀ ਤਕਰੀਬ ਸੀ, ਉਹਨਾਂ ਨੇ ਕਿਹਾ ਕਿ ਸ਼ੌਕਤ ਅਲੀ ਇਹ ਬੱਚਾ ਅੱਛਾ ਗਾਏਗਾ, ਛੋਟਾ ਜਿੰਨਾ ਸੀ ਮੈਂ, ਅਤੇ ਉਦੋਂ ਉਹਨਾਂ ਨੇ ਮੈਨੂੰ ਦੁਆ ਦਿੱਤੀ। ਫਿਰ ਸਾਡੇ ਇੱਕ ਪ੍ਰੈਜ਼ੀਡੈਂਟ ਸਨ ਜ਼ਿਆਉਲ ਹੱਕ ਸਾਹਿਬ, ਲਿਆਕਤ ਹਾਲ ਦੇ ਵਿੱਚ ਇੱਕ ਪ੍ਰੋਗਰਾਮ ਸੀ, ਅਤੇ ਮੈਂ ਗਾ ਰਿਹਾ ਸੀ ਅਤੇ ਉਹ ਸਟੇਜ 'ਤੇ ਆ ਗਏ, ਉਹਨਾਂ ਨੇ ਮੈਨੂੰ ਚੁੱਕ ਲਿੱਤਾ ਕੰਧੇ 'ਤੇ, ਔਰ ਉਹਨਾਂ ਨੇ ਦੁਆਵਾਂ ਦਿੱਤੀਆਂ, ਸਿਰ ਚੁੰਮਿਆ। ਸੋ ਬਚਪਨ 'ਚ ਹੀ ਉਹ ਇੱਕ ਥੋੜ੍ਹਾ ਜਿੰਨਾ ਮਸ਼ਹੂਰ ਸ਼ਖਸੀਅਤ ਦੇ ਘਰ ਜਿਹੜਾ ਪੈਦਾ ਹੁੰਦਾ, ਐਡਵਾਂਟੇਜ ਹੁੰਦਾ। ਵੈਸੇ ਦੁਆਵਾਂ ਕਬੂਲ ਹੋਈਆਂ ਔਰ ਮਾਸ਼ਾਅੱਲਾ ਤੁਸੀਂ ਆਪਣੇ ਵੱਖਰੇ ਰਾਹ ਬਣਾ ਲਏ। ਨਹੀਂ ਨਹੀਂ, ਬਸ ਮਤਲਬ ਇਹ ਵੇਖੇ ਜਿਸ ਤਰ੍ਹਾਂ ਜ਼ਿੰਦਗੀ ਅੱਗੇ ਜਾਂਦੀ ਜਾ ਰਹੀ ਹੈ, ਦਿਲ ਕਰਦਾ ਕਿ ਇਹਨੂੰ ਹੋਰ ਸਿੱਖੀਏ। ਇੰਨਾ ਕੁ ਜ਼ਰੂਰ ਹੈ, ਮੈਨੂੰ ਇੱਕ ਡੈਡੀ ਦੀ ਦਾ ਜੁਮਲਾ ਤੁਹਾਨੂੰ ਦੱਸਾਂਗਾ ਕਿ ਉਹ ਕਹਿੰਦੇ ਨੇ, ਕਿਸੇ ਨੇ ਪੁੱਛਿਆ ਸ਼ੌਕ ਸਾਹਿਬ 50 ਸਾਲ ਤੋਂ ਜ਼ਿਆਦਾ ਹੋ ਗਏ ਮਾਸ਼ਾਅੱਲਾ, ਅਤੇ ਕੈਸਾ ਲੱਗਦਾ? ਉਹਨਾਂ ਨੇ ਕਿਹਾ, ਯਾਰ 50 ਸਾਲ ਹੋ ਗਏ, ਹੁਣ ਸਫੈਦ ਸਿਰ ਹੋ ਗਿਆ, ਲੇਕਿਨ ਹੁਣ ਲੱਗਦਾ ਕਿ ਕੰਮ ਹੋਣ ਆਇਆ, ਅਤੇ ਹੁਣ ਮੈਂ ਬਜ਼ੁਰਗ ਹੋ ਗਿਆ। ਉਹਨਾਂ ਨੇ ਜੋ ਵੀ ਗਾਇਆ ਨਾ ਦਰਅਸਲ, ਔਰ ਉਹਨਾਂ ਤੋਂ ਜਿੱਦਾਂ ਕਹਿੰਦੇ ਹੁੰਦੇ ਵੀ ਰੋਸ਼ਨੀ ਦੀ ਉਹ ਮਿਸ਼ਾਲ ਫੜ ਕੇ, ਅਤੇ ਪਿੱਛੇ ਪਿੱਛੇ ਬਹੁਤ ਉਹ ਮਿਸ਼ਾਲ ਗਾਂ ਫੜ ਕੇ ਪਿੱਛੇ ਵੀ, ਅਤੇ ਅੱਗੇ ਬਹੁਤ ਹੋਰ ਕਲਾਕਾਰ ਫਨਕਾਰ ਅੱਗੇ ਤੁਰੇ ਉਹਨਾਂ ਨੂੰ ਫੋਲੋ ਕਰਕੇ, ਕਿਉਂਕਿ ਉਹ ਸਾਰਿਆਂ ਦੇ ਜਿਹੜੇ ਆਈਕੋਨ ਆਈਡਲ ਰਹੇ ਨੇ। ਅਤੇ ਮੇਰੇ ਖਿਆਲ ਨਾਲ ਹਰਭਜਨ ਮਾਨ ਸਾਹਿਬ ਨੇ ਉਹਨਾਂ ਨੂੰ ਬਹੁਤ ਸੁਣਿਆ, ਬਹੁਤ ਹਰਭਜਨ ਭਾਈ ਨੇ ਤਾਂ ਬਹੁਤ ਜ਼ਿਆਦਾ ਬੜੀ ਮੁਹੱਬਤ ਕੀਤੀ ਹੈ ਅੱਲਾਹ ਤਾਲਾ ਨੂੰ ਜ਼ਿੰਦਗੀ ਦੇ। ਭਾਈ ਸਰਦੂਲ ਸਿਕੰਦਰ ਸੈਫ ਨੂੰ ਬਹੁਤ ਸੋਹਣਾ ਪੜ੍ਹਦੇ ਨੇ, ਅੱਲਾਹ ਤਾਲਾ ਜ਼ਿੰਦਗੀ ਦੇ ਮਾਸਟਰ ਸਲੀਮ ਭਾਈ ਨੇ, ਉਹ ਬਹੁਤ ਉਹਨਾਂ ਨੂੰ ਬੜੀ ਮੁਹੱਬਤ ਹੈ। ਜਿੰਨੇ ਵੀ ਸਾਡੇ ਨੇ, ਮਤਲਬ ਸਾਬਰਕੋਟੀ ਸਾਹਿਬ ਨੇ, ਉਹ ਬੜਾ ਖੂਬਸੂਰਤ ਕਰਦੇ ਨੇ। ਮੈਂ ਇੱਕ, ਮੈਨੂੰ ਫਰਮਾਇਸ਼ ਸੀ ਜੀ, ਅਤੇ ਉਹਦੀ ਮੈਂ ਇੱਕ ਦੋ ਜ਼ਰੂਰ ਜੀ, ਉਹਦੇ ਮੈਂ ਇੱਕ ਦੋ ਬੋਲ ਜਿਹੜੇ ਨੇ ਤੁਹਾਡੇ ਨਾਲ। ਵੇਆ ਜਾ ਦਿਲ ਜਾਨੀਆਂ, ਵੇਆ ਜਾ ਦਿਲ ਜਾਨੀਆਂ, ਵੇ ਕਰ ਮਿਹਰਬਾਨੀਆਂ, ਆ ਦੁੱਖ ਸੁੱਖ ਭੋਲ ਵੇ ਨਜ਼ਦ ਸਾਡੀ ਰੋਲ। ਵਾਲਿਦ ਸਾਹਿਬ ਦਾ ਗਾਣਾ, ਕਦੀ ਤੇ ਹੱਸ ਬੋਲ ਵੇ ਨਜ਼ਦ ਸਾਡੀ ਰੋਲ, ਆਏ ਤੇਰੇ ਵਿੱਚ ਪਿਆਰ ਦੇ ਵੇ, ਤੇਰੇ ਵਿੱਚ ਪਿਆਰ ਦੇ ਵੇ, ਵਸਦੇ ਬਾਜ਼ਾਰ ਦੇ, ਮੈਂ ਗੱਲ ਦਿੱਤੀ ਖੋਲ ਵੇ ਨਜ਼ਦ ਸਾਡੀ ਰੋਲ। ਸੌਦਾਗਰ ਫਿਲਮ ਇੱਕ ਆਈ ਸੀ ਜਿਹਦੇ 'ਚ ਦਿਲੀਪ ਕੁਮਾਰ ਸਾਹਿਬ ਦੀ ਇਲੂ ਇਲੂ ਜਿਹਦੇ ਸੀ, ਉਹਦੇ 'ਚ ਸੁਖਵਿੰਦਰ ਸਾਹਿਬ ਨੇ ਪਹਿਲੇ ਗਾਇਆ ਸੀ, ਦੀਵਾਨੇ ਤੇਰੇ ਨਾਮ ਕੇ ਖੜੇ ਹੈ ਦਿਲ ਥਾਮ ਕੇ, ਕਿ ਹਮ ਤੇਰੇ ਪਿਆਰ ਮੇ, ਕਿ ਹਮ ਤੇਰੇ ਪਿਆਰ ਮੇ ਰਹੇ ਨਾ ਕਿਸੇ ਕਾਮ ਕੇ, ਦੀਵਾਨੇ ਤੇਰੇ ਨਾਮ। ਔਰ ਇੱਕ ਸ਼ੇਰ ਹੈ, ਤੁਹਾਡੀ ਨਜ਼ਰ ਹੈ ਖਾਸ ਤੌਰ 'ਤੇ, ਤੂੰ ਸੁਬਾਹ ਦੀ ਪਾਕ ਹਵਾ ਵਰਗਾ, ਤੇ ਸਾਡੇ ਪਿੰਡ ਵੱਲ ਜਾਂਦੇ ਵਾ ਰਾਹ ਵਰਗਾ, ਤੂੰ ਸੁਬਾਹ ਦੀ ਪਾਕ ਹਵਾ ਵਰਗਾ, ਤੇ ਸਾਡੇ ਪਿੰਡ ਵੱਲ ਜਾਂਦੇ ਰਾਹ ਵਰਗਾ, ਉਹ ਤੈਨੂੰ ਭੁੱਲੀਏ ਵੀ ਤਾਂ ਕਿਵੇਂ ਯਾਰਾ, ਤੂੰ ਆਉਂਦੇ ਜਾਂਦੇ ਸਾਵਰਗਾ, ਆ ਸ਼ੌਕਤ ਯਾਰ ਵੇ
वे दिलो ना वे सार वे तू आ जा डोल वे ना जिंद साडी रो ਅੱਛਾ ਭਾਈ ਜਾਨ ਆਪਣੇ ਵਾਲਿਦ ਸਾਹਿਬ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਫਨਕਾਰ ਤੋਂ ਬਹੁਤ ਜ਼ਿਆਦਾ ਮੁਤਾਸਰ ਹੋ ਸਾਰੀ ਬਹੁਤ ਆਲਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਬਹੁਤ ਜ਼ਿਆਦਾ ਸੁਣਿਆ ਪਰਵੇਜ਼ ਮਹਿੰਦੀ ਸਾਹਿਬ ਨੂੰ ਬਹੁਤ ਸਾਰਾ ਸੁਣਿਆ ਗੁਲਾਮ ਅਲੀ ਸਾਹਿਬ ਨੂੰ ਦੇਖੋ ਹਰ ਫੁੱਲ ਦੀ ਆਪਣੀ ਖੁਸ਼ਬੂ ਹੁੰਦੀ ਹੈ ਔਰ ਇਹ ਜ਼ਿੰਦਗੀ ਦਾ ਸਿਲਸਿਲਾ ਚੱਲਦਾ ਜਾ ਰਿਹਾ ਤੁਸੀਂ ਯਕੀਨ ਕਰੋ ਮੈਂ ਕਈ ਦਫ਼ਾ ਆਤਿਫ ਅਸਲਮ ਨੂੰ ਬੜਾ ਸ਼ੌਕ ਨਾਲ ਸੁਣਨਾ ਠੀਕ ਹੈ ਕਿਉਂਕਿ ਉਹਨਾਂ ਦਾ ਸਿੱਧਾ ਗਾਣਾ ਔਰ ਸਿੱਧਾ ਗਾਣਾ ਗਾਣਾ ਵੀ ਮੌਤ ਹੈ ਔਰ ਪੌਪ ਨੂੰ ਵੀ ਸੁਣਨਾ ਵਾ ਫੋਕ ਨੂੰ ਵੀ ਸੁਣਨਾ ਸੂਫੀਆਨਾ ਰੰਗ ਤਾਂ ਮੇਰੇ ਫੈਮਿਲੀ 'ਚ ਅਲਹਮਦੁਲਿਲਾ ਮੌਜੂਦ ਹੈ ਸੋ ਜਿਹੜਾ ਮਿਊਜ਼ਿਕ ਸਕੂਨ ਦੇਵੇ ਜਿਹਦੇ 'ਚ ਸ਼ਾਇਰੀ ਹੋਵੇ ਜਿਹਦੇ 'ਚ ਧੀਆਂ ਭੈਣਾਂ ਦਾ ਜ਼ਿਕਰ ਹੋਵੇ ਜਿਹਦੀ ਪੋਇਟਰੀ ਸੁਣੀ ਹੋਵੇ ਕਿਉਂਕਿ ਕਿਸੇ ਵੀ ਗਾਣੇ ਦੀ ਜਾਨ ਉਹਦੀ ਪੋਇਟਰੀ ਹੈ ਖੂਬਸੂਰਤ ਪੋਇਟਰੀ ਖੂਬਸੂਰਤ ਮੌਸੀਕੀ ਜਿਹੜੀ ਹੈ ਉਹ ਦੇਰ ਪਾ ਰਹਿੰਦੀ ਹੈ ਭੰਗੜੇ ਦੇ ਗਾਣੇ ਬੜੇ ਆਉਂਦੇ ਨੇ ਮੈਂ ਵੀ ਗਾਉਂਦਾ ਵਾਂ ਲੇਕਿਨ ਉਹ ਆਪਾਂ ਇਹ ਸਵਾਲ ਨੂੰ ਥੋੜ੍ਹਾ ਜਿਹਾ ਨਾ ਜਿਹੜੀ ਤੁਸੀਂ ਗੱਲ ਕੀਤੀ ਪੋਇਟਰੀ ਦੀ ਮੈਂ ਤੁਹਾਡੇ ਕੋਲ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਲੇਕਿਨ ਸਮਾਂ ਫਿਰ ਇਸ ਵਕਫੇ ਤੋਂ ਬਾਅਦ ਮਿਲਦੇ ਹਾਂ ਜੀ ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685 ਬੈੱਲ 5 ਟੀਵੀ ਚੈਨਲ ਨੰਬਰ 677 ਰੋਜਰਸ ਚੈਨਲ ਨੰਬਰ 935 ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ ਐਪਲ ਟੀਵੀ ਸਮਾਰਟ ਟੀਵੀ ਐਕਸਬਾਕਸ PS4 ਐਮਾਜ਼ਾਨ ਫਾਸਟਿਕ ਰੋਕੂ ਐਂਡ ਅਦਰ ਪਲੇਟਫਾਰਮਸ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਔਰ ਅੱਜ ਸਾਡੇ ਨਾਲ ਬਹੁਤ ਹੀ ਖੂਬਸੂਰਤ ਜਿਹੜੀ ਹੈ ਜੀ ਇਹਨਾਂ ਦੀ ਔਰ ਬਹੁਤ ਹੀ ਖੂਬਸੂਰਤ ਸੁਰੀਲੇ ਗਲੇ ਦੇ ਮਾਲਕ ਮੋਹਸਿਨ ਸ਼ੌਕਤ ਅਲੀ ਸਾਹਿਬ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੈ ਔਰ ਇੱਕ ਕਹਾਵਤ ਹੁੰਦੀ ਹੈ ਨਾ ਜੀ ਵੀ ਬਿਨ ਪੀਤਿਆਂ ਨਸ਼ੇ ਦੇ ਵਿੱਚ ਆ ਜਾਣਾ ਔਰ ਮੈਂ ਬਿਨ ਪੀਤਿਆਂ ਨਸ਼ਾ ਨਹੀਂ ਮੈਂ ਕਹਿ ਸਕਦਾ ਮੰਤਰ ਮੁਗਧ ਹੋਇਆ ਫਿਰਦਾ ਨਸ਼ੇ ਵਾਲੀ ਗੱਲ ਹੈ ਜੀ ਔਰ ਕਿਆ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਕਿਆ ਉਹ ਸਾਨੂੰ ਨਾਲ ਦੇ ਨਾਲ ਸੁਣਾ ਰਹੇ ਨੇ ਆਪਣੇ ਰੰਗ ਉਹ ਗਲੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ ਇਹ ਯਕੀਨ ਮੰਨਿਓ ਸੱਚੀ ਗੱਲ ਹੈ ਐਂ ਜਿੱਦਾਂ ਕਹਿੰਦੇ ਨਾ ਵੀ ਐਂ ਬੀਣ ਦੇ ਨਾਲ ਸੱਪ ਕੀਲ ਕੇ ਐਂ ਝੂਮ ਰਿਹਾ ਹੁੰਦਾ ਯਾਰ ਮੈਂ ਬਿਲਕੁਲ ਉਦਾਂ ਝੂਮ ਰਿਹਾ ਤੁਹਾਡੀ ਜਿਹੜੀ ਗਾਇਕੀ ਦੇ ਨਾਲ ਮੈਂ ਬੜਾ ਅਲਰਟ ਹੋ ਕੇ ਗੱਲ ਕਰ ਰਿਹਾ ਵਾਂ ਕਿਉਂਕਿ ਤੁਸੀਂ ਆਪ ਜਿਸ ਤਰ੍ਹਾਂ ਨਾ ਗੱਲਾਂ ਦਾ ਇੱਕ ਮਾਸ਼ਾਅੱਲਾ ਜ਼ਖੀਰਾ ਹੋ ਔਰ ਖੂਬਸੂਰਤ ਗੱਲਾਂ ਦਾ ਬੜੀ ਨਾਇਆਬ ਜਿਹੀਆਂ ਗੱਲਾਂ ਦਾ ਗੱਲ ਇਹ ਹੁੰਦੀ ਕਿ ਬੜੀ ਘੱਟ ਜਗ੍ਹਾ ਐਸੀ ਹੁੰਦੀ ਨੇ ਜਿੱਥੇ ਤੁਹਾਡਾ ਆਪਣਾ ਰੂਹ ਵੀ ਲੱਗ ਜਾਂਦਾ ਹੈ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਇੰਟਰਵਿਊਜ਼ ਹੋ ਰਹੇ ਨੇ ਜਿਸ ਤਰ੍ਹਾਂ ਦੇ ਮਿਊਜ਼ਿਕ ਪ੍ਰੋਗਰਾਮਸ ਹੋ ਰਹੇ ਨੇ ਉਹ ਬੜੇ ਕਿਉਂਕਿ ਸਾਡੀ ਸੁਸਾਇਟੀ ਜਿਹੜੀ ਨਾ ਫਾਸਟ ਫਾਰਵਰਡ 'ਤੇ ਲੱਗ ਗਈ ਜੀ ਰੀਮਿਕਸ ਹੋ ਗਈ ਹਰ ਸ਼ੈ ਅਤੇ ਜਦੋਂ ਜ਼ਿਆਦਾ ਰੀਮਿਕਸ ਹੋ ਜਾਏ ਤਾਂ ਰੀਬਿਸਤ ਵੀ ਹੋ ਜਾਂਦੀ ਮੈਂ ਇਹੋ ਹੀ ਗੱਲ ਕਰਨ ਲੱਗਾ ਸੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਪੋਇਟਰੀ ਦੀ ਗੱਲ ਕੀਤੀ ਹੈ ਕਿਉਂਕਿ ਸੁਰ ਅਤੇ ਸ਼ਾਇਰੀ ਜੀ ਜੀ ਉਹ ਅੱਜ ਕੱਲ੍ਹ ਦੀ ਗਾਇਕੀ 'ਚੋਂ ਮੈਂ ਸਮਝਦਾ ਨਿੱਜੀ ਤੌਰ 'ਤੇ ਉਹ ਮਿਸਿੰਗ ਹੋ ਗਈ ਹੈ ਕਿਤੇ ਮਨਫੀ ਹੋ ਗਈ ਹੈ ਅਤੇ ਨਾਚ ਅਤੇ ਸ਼ੋਰ ਉਹ ਵੱਧ ਗਿਆ ਹੈ ਜੀ ਜੀ ਕਿਵੇਂ ਸਮਝਦੇ ਹੋ ਅੱਜ ਵਾਲੀ ਜਿਹੜੇ ਤਵਾਜ਼ਨ ਬੈਠ ਨਹੀਂ ਰਿਹਾ ਠੀਕ ਕਿਉਂਕਿ ਮੈਂ ਜਿਹੜੇ ਮੇਰੇ ਕੰਨ ਨੇ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੁਪਰ ਬਾਈ ਇੱਕ ਛੋਟਾ ਜਿਹਾ ਜੋਕ ਯਾਦ ਆ ਰਿਹਾ ਮੈਂ ਇਹਦਾ ਜਵਾਬ ਇਸ ਤਰ੍ਹਾਂ ਦਿਆਂਗਾ ਇੱਕ ਸਾਹਿਬ ਨੇ ਸਾਈਕਲ ਕੱਢਿਆ ਔਰ ਉਹ ਲੈ ਕੇ ਉਹਨੂੰ ਅਤੇ ਨੱਸੇ ਜਾ ਰਹੇ ਨੇ ਗਲੀ ਦੇ ਨੁੱਕਰ 'ਤੇ ਪਹੁੰਚੇ ਅਤੇ ਇੱਕ ਬਾਬਾ ਜੀ ਨੇ ਦੇਖਿਆ ਅਤੇ ਉਹਨਾਂ ਨੇ ਕਿਹਾ ਕਾਕਾ ਕਿੱਧਰ ਜਾ ਰਹੇ ਹਾਂ ਉਹਨਾਂ ਨੇ ਕਿਹਾ ਜੀ ਕੰਮ 'ਤੇ ਜਾ ਰਹੇ ਹਾਂ ਉਹਨੇ ਕਹਿੰਦੇ ਕਾਕਾ ਉੱਤੇ ਬਹਿ ਜਾ ਉਹਨੇ ਕਿਹਾ ਨਹੀਂ ਇੰਨਾ ਟਾਈਮ ਨਹੀਂ ਹੈਗਾ ਅਸੀਂ ਜਿਹੜੇ ਇੰਨੀ ਕੁ ਰਫ਼ਤਾਰ ਰਫ਼ਤਾਰ ਕਿ ਗਾਣੇ ਜਿਹੜੇ ਨੇ ਤਰੋੜ ਮਰੋੜ ਕੇ ਖਰਾਬ ਹੋ ਰਹੇ ਨੇ ਦੇਖੋ ਗੱਲ ਹੈ ਕਿ ਅੱਛੀ ਸ਼ਾਇਰੀ ਜਿਹੜਾ ਸਿੰਗਰ ਹੋਏਗਾ ਉਹਨੂੰ ਅੱਛੀ ਸ਼ਾਇਰੀ ਦੀ ਸਮਝ ਹੋਣੀ ਚਾਹੀਦੀ ਔਰ ਉਹਨੂੰ ਤਲਾਸ਼ ਹੋਣੀ ਚਾਹੀਦੀ ਔਰ ਜਿੱਥੋਂ ਮਿਲੇ ਲੈ ਲਓ ਮੈਂ ਜ਼ਿੰਦਗੀ ਦਾ ਇੱਕ ਤਜਰਬਾ ਆਪਣੇ ਉਸਤਾਦ ਕੋਲ ਦਿੱਤਾ ਕਿ ਹਮੇਸ਼ਾ ਲੈਣ ਵਾਲਾ ਨਹੀਂ ਦੇਣ ਵਾਲਾ ਨਹੀਂ ਲੈਣ ਵਾਲਾ ਉਸਤਾਦ ਬਿਲਕੁਲ ਠੀਕ ਉਸਤਾਦੀ ਦਾ ਜਜ਼ਬਾ ਜਿਹੜਾ ਨਾ ਉਹ ਤੁਹਾਡੇ ਅੰਦਰ ਹੋਵੇ ਕਿ ਮੈਂ ਦੇਖੋ ਉਸਤਾਦ ਉਹ ਜਿਹੜੇ ਜਿਹਨੇ ਲੈ ਲਿਆ ਜੀ ਜਿਹਨੇ ਦਿੱਤਾ ਉਹ ਤਾਂ ਹੈ ਹੀ ਹੈ ਜੀ ਸੋ
ਦੁੱਖ ਹੁੰਦਾ ਕਿਉਂਕਿ ਇੰਨਾ ਕੁ ਫਾਸਟ ਹੋ ਗਿਆ। ਮੈਂ ਅਗਲੇ ਦਿਨ ਇੱਕ ਪੰਜਾਬੀ ਦਾ ਮੈਂ ਮਾਫ਼ੀ ਚਾਹੁੰਦਾ ਕਿ ਮੈਨੂੰ ਕਹਿਣਾ ਪੈ ਰਿਹਾ, ਇੱਕ ਗਾਣਾ ਕਿਸੇ ਰੇਡੀਓ 'ਤੇ ਵੱਜ ਰਿਹਾ ਸੀ ਪੰਜਾਬੀ ਦਾ, ਅਤੇ ਮੈਂ ਸੁਣ ਰਿਹਾ ਸਾਂ ਅਤੇ ਉਹ ਬੜਾ ਤਕਲੀਫ ਦੇ ਉਹਦੇ 'ਚ ਇੱਕ ਜੁਮਲਾ ਸੀ ਕਿ ਤੇਰੀਆਂ ਕੀ ਬਾਤਾਂ ਬਿੱਲੋ ਤੂੰ ਤਾਂ ਕੁੱਤੀ ਚੀਜ਼ ਹੈ। ਤੋ ਆਈ ਫੀਲ ਸੋ ਬੈਡ ਕਿ ਮੈਨੇ ਕਿਹਾ ਯਾਰ ਕਿਉਂ ਇਸ ਤਰ੍ਹਾਂ ਦੇ ਕੰਮ ਕਿਉਂ ਕਰ ਰਹੇ ਨੇ। ਉਹ ਉਹੀ ਗੱਲ ਹੈ ਨਾ, ਹਾਸਾ ਵੀ ਆਉਂਦਾ ਹੈ, ਦੁੱਖ ਵੀ ਹੁੰਦਾ ਹੈ, ਪਰ ਦੂਸਰੀ ਗੱਲ ਇਹ ਕਿ ਜਿੱਦਾਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਇੱਕ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਖਾਸ ਤੌਰ 'ਤੇ ਤੁਹਾਡੇ ਵਾਲਿਦ ਸਾਹਿਬ ਵੱਲੋਂ ਵੀ ਔਰ ਹੋਰ ਜਿਹੜੇ ਸਿੰਗਰਾਂ ਨੇ ਲੋਕ ਗਾਇਕਾਂ ਨੇ ਜਿਹੜੇ ਗੀਤ ਗਾਏ ਨੇ ਉਹ ਲੋਕ ਗੀਤ ਬਣ ਚੁੱਕੇ ਨੇ, ਉਹ ਜੰਮਦੇ ਨਹੀਂ ਮਰੇ, ਜਾਂ ਇਹ ਹੋਣ ਵਾਲੇ ਗੀਤਾਂ ਵਾਂਗੂ ਨਹੀਂ ਗਏ ਕਿ ਵੀ ਚੱਲੇ ਅਤੇ ਮਹੀਨੇ ਬਾਅਦ ਮਰ ਗਏ ਉਹਨਾਂ ਦੀ ਮੌਤ ਹੋ ਗਈ, ਉਹ ਅਮਰ ਹੋ ਗਏ, ਲੋਕ ਗੀਤ ਬਣ ਗਏ ਆ। ਸੋ ਗੱਲ ਤਾਂ ਵਿੱਚ ਫਿਰ ਉਹ ਪੋਇਟਰੀ ਅਤੇ ਸ਼ਾਇਰੀ ਦੀ ਆ, ਅਤੇ ਜਿਹੜੀ ਸ਼ਾਇਰੀ ਜਿਹੜੇ ਕਲਾਮ ਨੇ ਇਹ ਤੁਸੀਂ ਕਿਵੇਂ ਚੁਣਦੇ ਆ, ਕਿੱਥੋਂ ਚੁਣਦੇ ਆ ਜੀ? ਜੀ ਮੇਰੀ ਇੱਕ ਤਾਂ ਖੁਸ਼ਨਸੀਬੀ ਹੈ, ਮੇਰੇ ਘਰ ਦੀ ਲਾਇਬ੍ਰੇਰੀ ਜਿਹੜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ, ਬਹੁਤ ਸਾਰੇ ਵੱਡਿਆਂ ਨੇ ਮੇਰੀ ਸਲਾਹ ਕੀਤੀ, ਹਾਲੇ ਵੀ ਖੈਰ ਸਲਾਹ ਦਾ ਪਹਿਲੂ ਹੈ, ਮੇਰੇ ਕਾਫੀ ਕੰਨ ਖਿੱਚੇ ਜਾਂਦੇ ਨੇ ਮੇਰੇ ਵੱਡਿਆਂ ਵੱਲੋਂ ਇੱਥੇ ਦੇ ਜਾਂ ਉੱਥੇ ਦੇ ਕੇ, ਤੂੰ ਪੜ੍ਹਦਾ ਨਹੀਂ ਜਾਂ ਪੜ੍ਹ ਪੜ੍ਹ ਹੋਰ ਜ਼ਿਆਦਾ ਪੜ੍ਹ, ਸ਼ਾਇਰ ਇੱਕ ਸਿੰਗਰ ਨੂੰ ਪੜ੍ਹਨਾ ਚਾਹੀਦਾ। ਬਾਬਾ ਨਜ਼ਮੀ ਸਾਡੇ ਬਹੁਤ ਵੱਡੇ ਸ਼ਾਇਰ ਨੇ, ਉਹ ਲਿਖਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਅਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ। ਸੋ ਉਹ ਅੱਛੀ ਸ਼ਾਇਰੀ ਦਾ ਮੈਨੂੰ ਸ਼ੌਕ ਰਹਿੰਦਾ। ਸਾਡੇ ਐਸ ਐਮ ਸਾਦਿਕ ਸਾਹਿਬ ਨੇ, ਮੇਰੇ ਅੰਕਲ ਨੇ, ਬੜੀ ਮੁਹੱਬਤ ਕਰਦੇ ਨੇ, ਉਹਨਾਂ ਦੇ ਕੁਛ ਗੀਤ ਨੇ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ, ਡੈਡੀ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਕੰਮ ਕੀਤਾ ਹੈ। ਫਿਰ ਕਿਤਾਬਾਂ ਨੇ, ਪਬਲਿਕ ਲਾਇਬ੍ਰੇਰੀਜ਼ ਨੇ, ਤੁਸੀਂ ਉਹਦੇ ਜਾਣਦੇ ਹੋ, ਰਸਾਲੇ ਨੇ, ਸਮਟਾਈਮ ਇੰਨੀ ਇੰਨੀ ਖੂਬਸੂਰਤ ਗੱਲ ਹੈ, ਉਹ ਤੁਹਾਨੂੰ ਇੱਕ ਰਸਾਲੇ 'ਚੋਂ ਲੱਭ ਜਾਂਦੀ, ਲੱਭਣ ਦੀ ਤੁਹਾਡੇ 'ਚ ਅੰਦਰ ਖੋਜ ਹੋਵੇ, ਖੋਜ ਹੋਣੀ ਚਾਹੀਦੀ। ਇੱਕ ਸਾਡਾ ਖੋਜਗੜ੍ਹ ਹੈਗਾ ਇਕਬਾਲ ਕੈਸਰ ਸਾਹਿਬ ਦਾ ਕਸੂਰ 'ਚ, ਉਹਦਾ ਨਾ ਖੋਜਗੜ੍ਹ, ਉੱਥੇ ਸਿਰਫ ਖੋਜ ਹੀ ਜਾਂਦੇ ਨੇ, ਅਤੇ ਉਹਦਾ ਬੜਾ ਇੱਕ ਲੱਭਣ ਦਾ। ਵੈਸੇ ਜਿਹੜੇ ਤੁਸੀਂ ਸ਼ਾਇਰਾਂ ਦਾ ਜ਼ਿਕਰ ਕਰਦੇ ਹੋ, ਮੈਂ ਕਿਹਾ ਕਿਆ ਕਮਾਲ ਦੇ ਸ਼ਾਇਰ ਹੋਏ। ਮੇਰੇ ਖਿਆਲ ਨਾਲ ਤੁਸੀਂ ਬਾਬਾ ਨਜ਼ਮੀ ਹੋਣਾਂ ਦਾ ਜ਼ਿਕਰ ਕੀਤਾ, ਉਹਨਾਂ ਦਾ ਮੇਰੇ ਖਿਆਲ ਨਾਲ ਉਹਨਾਂ ਦਾ ਲਿਖਿਆ ਹੋਇਆ ਸੀ ਨਾ ਕਿ ਵੀ ਕੀ ਕਰੀ ਜਾਣਾ ਹੈ, ਕੀ ਕਰੀ ਜਾਣਾ ਹੈ, ਕਦੀ ਸ਼ਿਮਲੇ ਜਾਣਾ ਹੈ, ਕਦੀ ਅਮਰੀਕਾ ਜਾਣਾ ਹੈ, ਕਿੱਥੇ ਜਾਣਾ ਹੈ, ਤੁਹਾਡਾ ਤੂਸ ਜਾਣਾ ਹੈ, ਕੀ ਕਰੀ ਜਾਣਾ ਹੈ। ਓ ਸ਼ੀਸ਼ੇ ਉੱਤੇ ਤੂੜਾਂ ਜੰਮੀਆਂ, ਕੰਧਾਂ ਚਾੜੀ ਜਾਂਦੇ ਨੇ, ਜਿਲਦਾ ਸਾਂਭਰੇ ਨੇ ਚੱਲੇ ਵਰਕੇ ਪਾੜੀ ਜਾਂਦੇ ਨੇ, ਸ਼ੀਸ਼ੇ ਉੱਤੇ ਤੂੜਾਂ ਜੰਮੀਆਂ। ਅੱਛਾ, ਇੱਕ ਮੈਨੂੰ ਨਿੱਜੀ ਤੌਰ 'ਤੇ ਬਹੁਤ ਪਸੰਦ ਹੈ ਤੁਹਾਡੇ ਵਾਲਿਦ ਦਾ ਸ਼ੌਕਤ ਅਲੀ ਸਾਹਿਬ ਹੋਣਾ ਦਾ ਕਾਵਾਂ ਉਡਕਾਵਾਂ। ਜੀ ਜੀ ਜੀ, ਉਹ ਮੈਨੂੰ ਪਲੀਜ਼ ਥੋੜ੍ਹਾ ਜਿਹਾ ਸੁਣਾਓ ਜੀ। ਜੀ ਬਿਲਕੁਲ, ਵੈਸੇ ਤਾਂ ਉਹ ਅਖੀਰ 'ਤੇ ਹੁੰਦਾ ਜੇ ਅਸੀਂ ਅਖੀਰ ਕਰ ਰਹੇ ਹਾਂ, ਅਤੇ ਫਿਰ ਉਹ ਮੈਂ ਇਹ ਲਗਭਗ ਆਪਣੇ ਪ੍ਰੋਗਰਾਮ ਦਾ ਚੌਥਾ ਸੈਗਮੈਂਟ ਅਖੀਰੇ ਗੱਲਾਂ ਜਿਹੜੀਆਂ। ਅੱਛਾ, ਇੱਕ ਗੱਲ ਹੋਰ ਸੁਣੋ, ਬੜੀ ਦਿਲਚਸਪ ਗੱਲ ਹੈ। ਜਦੋਂ ਵੀ ਇੱਕ ਹੋਮਵਰਕ ਬਹੁਤ ਜ਼ਰੂਰੀ ਹੁੰਦਾ ਤੁਹਾਡਾ ਕਰਨਾ, ਕਿ ਜਦੋਂ ਕੋਈ ਆਰਟਿਸਟ ਆ ਰਿਹਾ, ਤੁਸੀਂ ਵੀ ਦੱਸਿਆ, ਔਰ ਮੈਂ ਵੀ ਇੱਕ ਆਪਣੇ ਤਰੀਕੇ ਦਾ ਹੋਮਵਰਕ ਕੀਤਾ ਸੀ ਕਿ ਮੈਂ ਤੁਹਾਡੇ ਕੋਲ ਜਿਹੜੀ ਹੈ ਗੱਲਾਂ ਬਾਤਾਂ ਦੀ, ਸਵਾਲ ਨਹੀਂ ਮੈਂ ਕਦੀ ਵੀ ਕਹਿੰਦਾ ਹੁੰਦਾ, ਗੱਲਾਂ ਬਾਤਾਂ ਦੀ ਲੜੀ ਇਸ ਤਰੀਕੇ ਨਾਲ ਸ਼ੁਰੂ ਕਰਾਂਗਾ, ਇਸ ਤਰੀਕੇ ਨਾਲ ਖਤਮ ਹੋਏਗੀ, ਅਤੇ ਇਹ ਵਾਲੀਆਂ ਗੱਲਾਂ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ। ਔਰ ਉਹ ਜਦੋਂ ਤੁਸੀਂ ਬੈਠਦੇ ਹੋ ਨਾ ਵੀ ਖੁੱਲ੍ਹੀ ਰੂਹ ਦੇ ਨਾਲ, ਉਹ ਤਾਂ ਕਿਤੇ ਪਿੱਛੇ ਰਹਿ ਜਾਂਦੀਆਂ ਨੇ। ਇਹਦਾ ਜ਼ਿਆਦਾ ਸੋਹਣਾ ਲੱਗਦਾ, ਇਹ ਜ਼ਿਆਦਾ ਸੋਹਣਾ ਲੱਗਦਾ। ਕੋਈ ਜਦੋਂ ਕਹਿੰਦੇ ਨੇ ਜੀ ਫੋਟੋ ਬਣਾ ਰਹੇ ਹਾਂ, ਅਤੇ ਉਹ ਕਹਿੰਦੇ ਜੀ ਇੱਧਰ ਦੇਖੋ, ਤਾਂ ਮੈਂ ਕਿਹਾ ਯਾਰ ਤੂੰ ਬਣਾਈ ਜਾ, ਬਣਾਈ ਜਾ, ਕਿਉਂਕਿ ਜਿਹੜੀ ਉਹਦੇ 'ਚ ਤੁਹਾਡਾ ਕੰਟੈਕਟ ਹੁੰਦਾ ਉਹ ਜ਼ਰਾ ਥੋੜ੍ਹਾ ਜਿਹਾ ਪਰਸਨਲ ਨੈਚੁਰਲ ਹੁੰਦਾ ਹੈ, ਨੈਚੁਰਲ ਹੁੰਦਾ। ਮੈਂ ਇੱਕ ਜੀ ਡੈਡੀ ਦਾ ਲਿਖਿਆ ਹੋਇਆ, ਔਰ ਉਹ ਕਹਿੰਦੇ ਨੇ ਕਿ 1,00,000 ਸਾਡੇ 1,24,000 ਪੈਗੰਬਰ ਹੋਏ ਨੇ, ਜਾਂ ਜਿਤਨੇ ਦੇਵੀ ਦੇਵਤਾ ਗੁਰੂ ਹੋਏ ਨੇ, ਸਭ ਬਹੁਤ ਬਲੈਸਡ ਹੋਏ ਨੇ, ਮਗਰ ਮਾਂ ਦਾ ਨਿਮਲ ਬਦਲ ਰੱਬ ਨੇ ਪੈਦਾ ਨਹੀਂ ਕੀਤਾ। ਜੀ, ਇੱਕ ਦੁਆ ਹੈ ਔਰ ਉਸ ਦੇ ਨਾਲ ਮੈਂ ਇਹਨੂੰ ਸੁਣਾਉਂਦਾ ਵਾਂ ਕਿ ਜਿਤਨੇ ਵੀ ਲੋਕ ਨੇ ਉਹ ਆਪਣੀਆਂ ਮਾਵਾਂ ਦੀ ਇੰਨੀ ਕੁ ਕਦਰ ਕਰੋ, ਇਹ ਟੁਰਦਾ ਫਿਰਦਾ ਰੱਬ ਨੇ, ਅੱਲਾਹ ਤਾਲਾ, ਕਿਉਂਕਿ ਖੁਦ ਰੱਬ ਆ ਨਹੀਂ ਸਕਦਾ, ਆ ਤਾਂ ਸਕਦਾ, ਉਹਨੇ ਆਪਣੇ ਆਪਣੇ ਨੁਮਾਇੰਦੇ ਬਿਠਾਤੇ ਨੇ, ਜੋ ਤੁਹਾਨੂੰ ਮਿਲਣਾ ਆਪਣੇ ਮਾਂ ਪਿਓ ਤੋਂ ਮਿਲਣਾ, ਉਹਨਾਂ ਦੀ ਖਿਦਮਤ ਕਰੋਗੇ ਤਾਂ ਤੁਹਾਨੂੰ ਸਾਰਾ ਕੁਛ ਮਿਲੇਗਾ, ਨਹੀਂ ਕਰੋਗੇ ਤਾਂ ਸਾਡੇ ਉਹ ਇੱਕ ਮਿਸਾਲ ਹੈਗੀ ਹੈ ਕਿ ਜਿਹਨੇ ਮਾਂ ਦੀ ਦੁਆ ਲਿੱਤੀ ਉਹਨੇ ਜੰਨਤ ਪਾਈ, ਅਤੇ ਜਿਹਨੇ ਨਹੀਂ ਲਿੱਤੀ ਉਹਨੇ ਰਕਸ਼ਾ ਚਲਾਇਆ। ਅਤੇ ਮੈਂ ਮਾਂ ਦਾ ਉਹ ਗੀਤ ਹੈ ਉਹ ਡੈਡੀਕੇਟ ਕਰਨਾ ਸਾਰੀਆਂ ਮਾਵਾਂ ਨੂੰ, ਅਤੇ ਮਾਂ ਜੀ ਦੀ ਨਜ਼ਰ ਹੈ। ਹੋ ਰੱਬ ਵਰਗੀ ਜਿਹੜੀ ਲੱਗਦੀ ਏ, ਰੱਬ ਵਰਗੀ ਜਿਹੜੀ ਲੱਗਦੀ ਏ, ਉਹ ਇੱਕੋ ਸ਼ੈ ਇਸ ਜੱਗ ਦੀ ਹੋ, ਜਿਹਦਾ ਸ਼ਹਿਦ ਤੋਂ ਮਿੱਠਾ ਨਾ
ਉਹ ਜਿਹਨੂੰ ਕਈ ਦੈਨੂੰ ਕੋਮਾ ਉਹ ਕਾਵਾਂ ਉਡਕਾਵਾਂ ਮਾਂ ਜੰਨਤ ਦਾ ਪਰਛਾਂ ਆਏ ਰੱਬਾ ਮੇਰੀ ਇਹੋ ਦੁਆ ਕੁੱਲ ਜਗ ਦੀਆਂ ਜੀਵਨ ਮਾਵਾਂ ਕਾਵਾਂ ਉਡਕਾਵਾਂ ਤੇ ਮਾਂ ਜੰਨਤ ਦਾ ਪਰਛਾਂ ਉਹ ਕਾਲੇ ਬਦਲ ਕਾਲੇ ਮਾਂ ਆਪਣੀ ਦੇ ਲਾਡ ਨਿਰਾਲ ਤੇ ਚਿੜਕ ਚ ਮੁੱਕ ਜਾਂਦੇ ਜਿਹੜੀ ਜੰਮੇ ਸ਼ਾਲਾ ਹੋਈ ਪਾਲ ਸੋਹਣੇ ਰੱਬ ਦਾ ਰੂਪ ਜਾਪੇ ਡੈਡੀ ਕਹਿੰਦੇ ਨੇ ਸੋਹਣੇ ਰੱਬ ਦਾ ਰੂਪ ਜਾਪੇ ਅਤੇ ਬੋੜੇ ਹਰ ਇੱਕ ਥਾਂ ਸ਼ੌਕਤ ਜਦੋਂ ਮੁਸੀਬਤ ਬਣ ਜਾਏ ਅਤੇ ਮੁਸ਼ਕਲ ਟਾਲੇ ਮਾਂ ਉਹ ਜਾਂਦਾ ਤੁਰਿਆ ਜਾਂਦਾ ਬੜਾ ਮਾਣ ਮਾਵਾਂ ਦੀ ਛਾਂਦਾ ਤੇ ਜਿਸ ਘਰ ਮਾਂ ਨਾ ਹੋਵੇ ਰੱਬ ਫੇਰ ਕੇ ਮੂੰਹ ਲੰਘ ਜਾਂਦਾ ਕਾਵਾਂ ਉਹਦੇ ਕਾਵਾਂ ਤੇ ਮਾਂ ਜੰਨਤ ਦਾ ਪਰਛਾਵਾਂ ਵਾਹ ਕਿਆ ਬਾਤ ਬਹੁਤ ਖੂਬ ਬਹੁਤ ਖੂਬ ਔਰ ਇਹ ਇੰਨੀ ਅੱਛੀ ਸ਼ਾਇਰੀ ਔਰ ਇਹਦੇ 'ਚ ਇੰਨਾ ਸੋਜ਼ ਆ ਇੰਨਾ ਦਰਦ ਆ ਇੰਨਾ ਵੈਰਾਗ ਆ ਕਿ ਮੱਲੋ ਮੱਲੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਔਰ ਇਹਦੇ ਨਾਲ ਮੇਰੇ ਖਿਆਲ ਨਾਲ ਇੱਕ ਘਟਨਾ ਵੀ ਜੁੜੀ ਹੋਈ ਹੈ ਜਿੱਥੋਂ ਤੱਕ ਮੈਂ ਪੜ੍ਹਿਆ ਹੈ ਕਿ ਤੁਹਾਡੇ ਦਾਦੀ ਜੀ ਤੁਹਾਡੇ ਫਾਦਰ ਸਾਹਿਬ ਜਦੋਂ ਬਹੁਤ ਮੁਹੱਬਤ ਕਰਦੇ ਬੜਾ ਸਤਿਕਾਰ ਕਰਦੇ ਸੀ ਔਰ ਜਦੋਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਸ਼ੋਅ ਕਰਨ ਆਏ ਤਾਂ ਪਿੱਛੋਂ ਬੜਾ ਇੱਕ ਤਕਲੀਫ ਦੇ ਵਾਕਿਆ ਕਿ ਨਾਹੀਦ ਅਖਤਰ ਜੀ ਦਿਲਦਾਰ ਪੁਰਸ ਭੱਟੀ ਔਰ ਡੈਡੀ ਜੀ ਇਹ ਅਮੈਰੀਕਾ ਦੇ ਟੂਰ 'ਤੇ ਆਏ ਸੀ 83 ਦੇ ਵਿੱਚ 83 ਔਰ ਕੈਲੀਫੋਰਨੀਆ 'ਚ ਇਹ ਸ਼ੋਅ ਕਰ ਰਹੇ ਸੀ ਔਰ ਬਾਏ ਬਹੁਤ ਹੀ ਅਜੀਬ ਗੱਲ ਹੈ ਕਿ ਬੈਕ ਸਟੇਜ 'ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਉਹਨਾਂ ਦੀ ਵਾਲਦਾ ਦੁਨੀਆ ਤੋਂ ਚਲੇ ਗਏ ਨੇ ਬਲਕਿ ਸ਼ਾਇਦ ਘਰੋਂ ਨਿਕਲਣ ਲੱਗੇ ਉਸ ਦਿਨ ਪ੍ਰੋਗਰਾਮ ਸੀ ਅਤੇ ਪ੍ਰਮੋਟਰ ਆਏ ਉਹਨਾਂ ਦੇ ਕੋਲ ਔਰ ਰੋ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਇਸ ਤਰ੍ਹਾਂ ਪਾਕਿਸਤਾਨ ਤੋਂ ਇਤਲਾਹ ਆਈਏ ਅਤੇ ਕਿ ਸ਼ੋਅ ਅਸੀਂ ਕੈਂਸਲ ਕਰ ਦੇਈ ਅਤੇ ਡੈਡੀ ਨੇ ਕਿਹਾ ਨਹੀਂ ਸ਼ੋਅ ਨਹੀਂ ਕੈਂਸਲ ਕਰਨਾ ਕਿਉਂਕਿ ਲੋਕ ਟਿਕਟਾਂ ਲੈ ਕੇ ਆਏ ਨੇ ਔਰ ਉਹ ਸੁਣਨਾ ਹੈ ਉਹਨਾਂ ਨੇ ਅਤੇ ਉਹਨਾਂ ਨੇ ਉਸ ਹਾਲਤ ਦੇ ਵਿੱਚ ਪਰਫੋਰਮ ਕੀਤਾ ਔਰ ਜਦੋਂ ਆਖਰੀ ਸ਼ੋਅ ਸੀ ਅਤੇ ਉਦੋਂ ਆਖਰੀ ਗਾਣਾ ਸੀ ਅਤੇ ਉਹ ਰੋ ਪਏ ਅਤੇ ਲੋਕਾਂ ਨੂੰ ਫਿਰ ਦਿਲਦਾਰ ਪ੍ਰਿੰਸ ਭੱਟੀ ਸਾਹਿਬ ਨੇ ਆ ਕੇ ਦੱਸਿਆ ਕਿ ਜਿਹੜਾ ਘੰਟਾ ਡੇਢ ਤੁਹਾਨੂੰ ਇੰਟਰਟੇਨ ਕਰ ਰਿਹਾ ਸੀ ਨਚਾ ਰਿਹਾ ਸੀ ਸਾ ਰਿਹਾ ਸੀ ਇਹ ਹੁਣੇ ਕੋਈ ਘੰਟਾ ਪਹਿਲੇ ਇਤਲਾਹ ਆਈ ਕਿ ਉਹਨਾਂ ਦੀ ਮਾਂ ਦੁਨੀਆ ਤੋਂ ਚਲੀ ਗਈ ਸੋ ਹਾਲ 'ਚੋਂ ਇੱਕ ਇੱਕ ਬੰਦਾ ਉਹਨਾਂ ਨਾਲ ਮਿਲ ਕੇ ਔਰ ਰੋ ਕੇ ਜਾ ਰਿਹਾ ਸੀ ਔਰ ਉਹਨਾਂ ਨੇ ਫਿਰ ਉਸ ਦਰਦ ਦੇ ਵਿੱਚ ਫਿਰ ਉਹ ਗੀਤ ਲਿਖਿਆ ਕਾਵਾਂ ਉਡਕਾਵਾਂ ਮਾਂ ਜੰਨਤ ਦਾ ਪਰਛਾਵਾਂ ਕਿਆ ਵੱਡੀ ਸ਼ਖਸੀਅਤ ਦੇ ਮਾਲਕ ਨੇ ਜੀ ਕਿਆ ਬਾਤ ਹੈ ਸਲਾਮ ਹੈ ਜੀ ਅਸੀਂ ਬਸ ਇਹ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਹ ਐਸੀਆਂ ਗੀਤ ਨੇ ਜਿਹੜੇ ਰਹਿ ਜਾਣੇ ਨੇ ਸਾਰੀ ਜ਼ਿੰਦਗੀ ਬਿਲਕੁਲ ਅਤੇ ਮੈਂ ਦਰਖਾਸਤ ਕਰਨਾ ਪੂਰੀ ਦੁਨੀਆ 'ਚ ਆਪਣੀ ਜਗ੍ਹਾ 'ਤੇ ਪਾਕਿਸਤਾਨ 'ਚ ਵੀ ਇਹੀ ਦਰਖਾਸਤ ਹੁੰਦੀ ਹੈ ਇੱਥੇ ਵੀ ਕਿ ਮੈਨੂੰ ਜੋ ਕੁਛ ਮਿਲਿਆ ਹੈ ਜਿਹੜਾ ਵੀ ਥੋੜ੍ਹਾ ਬਹੁਤ ਇਹ ਸਾਰਾ ਮਾਂ ਪਿਓ ਦੇ ਪੈਰਾਂ ਦਾ ਸਦਕਾ ਜੀ ਜੀ ਅਤੇ ਜਿਹੜੇ ਬੰਦੇ ਮਾਏ ਜਿਸ ਦਿਨ ਮਰ ਜਾਤੀ ਹੈ ਰੇਤ ਸੇ ਆਂਖੇ ਭਰ ਜਾਤੀ ਹੈ ਸੋ ਆਪਣੀਆਂ ਮਾਵਾਂ ਨੂੰ ਇੰਨਾ ਕੁ ਪਿਆਰ ਕਰੋ ਜਿੰਨਾ ਰੱਬ ਨੂੰ ਪਿਆਰ ਕਰਦੇ ਹੋ ਅਤੇ ਜਿਹੜਾ ਬੰਦਾ ਮਾਂ ਨੂੰ ਭੁੱਲ ਗਿਆ ਉਹ ਰੱਬ ਤਾਂ ਖੈਰ ਬੜੀ ਜਲਦੀ ਭੁੱਲਦਾ ਫਿਰ ਉਹਨੂੰ ਅਤੇ ਤੁਸੀਂ ਉਹਨਾਂ ਨਾਲ ਜੁੜੇ ਰਹੋਗੇ ਅਤੇ ਅੱਲਾਹ ਤਾਲਾ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇ ਜੀ ਮੋਹਸਿਨ ਭਾਈ ਜਾਨ ਦਰਅਸਲ ਗੱਲ ਇਹ ਹੈ ਕਿ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ ਔਰ ਆਮ ਤੌਰ 'ਤੇ ਇੱਕ ਪ੍ਰੋਗਰਾਮ ਦੀ ਇੱਕ ਰਵਾਇਤ ਜੀ ਨਹੀਂ ਬਣ ਜਾਂਦੀ ਕਿ ਜਦੋਂ ਕੋਈ ਵੀ ਆਰਟਿਸਟ ਫਨਕਾਰ ਆਇਆ ਹੁੰਦਾ ਜਦੋਂ ਪ੍ਰੋਗਰਾਮ ਖਤਮ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਨਾ ਵੀ ਇਸ ਗੱਲਾਂ ਦਾ ਸਿਲਸਿਲਾ ਖਤਮ ਕਰਨ ਨੂੰ ਮਨ ਨਹੀਂ ਕਰਦਾ ਅਤੇ ਇੱਦਾਂ ਹੀ ਚਲੀ ਜਾਵੇ ਪਰ ਯਕੀਨਨ ਆ ਜੀ ਇਹ ਗੱਲ ਕਿ ਵੀ ਮੇਰਾ ਮਨ ਕਰਦਾ ਕਿ ਬਈ ਇੱਕ ਘੰਟੇ ਦਾ ਹੋਰ ਪ੍ਰੋਗਰਾਮ ਕੀਤਾ ਜਾਵੇ ਸੋ ਵੈਸੇ ਤੁਸੀਂ ਹੁਣ ਮੇਰੇ ਖਿਆਲ ਨਾਲ ਨੌਰਥ ਅਮਰੀਕਾ ਦੇ ਟੂਰ ਦੇ ਉੱਤੇ ਹੋ ਤੁਸੀਂ ਵੈਨਕੂਵਰ ਜਾਣਾ ਤੁਸੀਂ ਜਦੋਂ ਬਾਅਦ ਵਿੱਚ ਵਾਪਸ ਆਓਗੇ ਤਾਂ ਆਪਾਂ ਇੱਕ ਵੱਖਰੇ ਜ਼ਾਵੀਏ ਨਾਲ ਇੱਕ ਪ੍ਰੋਗਰਾਮ ਹੋਰ ਵੀ ਕਰਨਾ ਚਾਹਾਂਗੇ ਜੀ ਮੈਂ ਬਹੁਤ ਬਹੁਤ ਤੁਹਾਡਾ ਪ੍ਰਾਈਮ ਏਸ਼ੀਆ ਦਾ ਸ਼ੁਕਰਗੁਜ਼ਾਰ ਹਾਂ ਇੱਕ ਸ਼ੇਅਰ ਹੈ ਕਿ ਜੀ ਸਾਡੇ ਇੱਕ ਬਹੁਤ ਵੱਡੇ ਸ਼ਾਇਰ ਨੇ ਮਸਰੂਰ ਅਨਵਰ ਸਾਹਿਬ ਉਹ ਕਹਿੰਦੇ ਨੇ ਕਿ ਨਫ਼ਰਤੋਂ ਮੇਂ ਕਿਉਂ ਗੁਜ਼ਾਰੇ ਹਮ ਇਹ ਪਿਆਰੀ ਜ਼ਿੰਦਗੀ ਜੀ
नफ़रतों में क्यों गुजारें हम ये प्यारी ज़िंदगी, प्यार करने के लिए भी कम है सारी ज़िंदगी। बिल्कुल है इबादत बांट लेना दूसरों के दर्दो गम, है इबादत बांट लेना दूसरों के दर्दो गम, कुछ भला कर जाओ यारो है उधारी ज़िंदगी। वाह, सो मैं बहुत बहुत शुक्र गुजार रहा था। थोड़ा बहुत बहुत शुक्र गुजार हैं जी, तुम आए और क्या खूबसूरत, तुम मैं मतलब मैं खुश नसीब समझना अपने आप को। तुम्हारी बड़ी मोहब्बत है, मैं गलियां दा रूड़ा कूड़ा मैल चढ़ाया सी। बहुत मेहरबानी, बहुत शुक्रिया जी, बहुत शुक्रिया। सो किवें लगा जी तुहानूं? सानूं जरूर प्रोग्राम वेख के फोन करना, अपने कमेंट छड़ने। सो प्रोग्राम ख़त्म करूँ मन सचमुच नहीं कर रहा, लेकिन जिहड़ा कहिंदे हुंदे ना भी समा बज्जिया होया प्रोग्राम दा खत्म करना ही पैना है। सो मैं बेनती की है, वेखो सबब बनता है तो अगला प्रोग्राम इन्हां दे नाल होर करांगे, ते नहीं ते अगले प्रोग्राम दे विच किसी होर फनकार आर्टिस्ट दे नाल तुहाडी मुलाकात करवावांगे। ते तुसीं वेखदे रहना प्राइम एशिया टीवी, तुहाडा अपना, तुहाडे लई।